ਬੱਸ ਕਿੱਦਾਂ ਉਲਟ ਗਈ? ਬੱਸ ਨਹੀਂ ਉਲਟੀ ਹੈਗੀ, ਤੂੰ ਅਖਬਾਰ ਉਲਟੀ ਫੜੀ ਹੋਈ ਹੈ, ਸਵਾਰੀਆਂ ਬੱਸ ਦੇ ਉੱਤੇ ਬਹਿੰਦੀਆਂ, ਤੂੰ ਥੱਲੇ ਦਿੱਤੀਆਂ, ਅਕਲ ਤੈਨੂੰ ਇੰਨੀ ਕੀ ਹੈ? ਸਾਰੀ ਅਖਬਾਰ ਪੁੱਠੀ ਪੜੀ ਜਾਣ ਡੇ ਆ ਤੂੰ। ਅਸੈਂਬਲੀਆਂ ਧੋਣ ਡੇ, ਕੀ ਗੱਲ ਕੀ ਹੋਈ ਇਹਨਾਂ ਨੂੰ? ਹੈਂ, ਅਸੈਂਬਲੀਆਂ ਧੋਣ ਡੇ ਆ? ਮਹਿੰਗਾਈ ਇੰਨੀ ਹੈ ਭਰਾਵਾ, ਜਿੰਨੀ ਦੇਰ ਤੱਕ ਮਹਿੰਗਾਈ ਥੱਲੇ ਦੇ ਨਾ ਹੋਈ, ਉਨੀ ਦੇਰ ਆਵਾਮ ਨੂੰ ਸਕੂਨ ਨਹੀਂ ਆਉਣਾ। ਇਹਨਾਂ ਨੂੰ ਚਾਹੀਦਾ ਸਭ ਤੋਂ ਪਹਿਲਾਂ ਮਹਿੰਗਾਈ ਦਾ ਖਾਤਮਾ ਕਰਨ, ਤਾਂ ਕਿ ਸਾਡੀ ਗਰੀਬ ਆਵਾਮ ਜਿਹੜੀ ਹੈ ਨਾ, ਉਹ ਆਪਣੇ ਪੈਰਾਂ 'ਤੇ ਖਲੋ ਸਕਣ। ਇਹ ਜਿੱਦ ਬੱਚੀ ਦੀ ਸ਼ਾਦੀ ਕਰਨੀ ਹੈ ਤਾਂ ਭਰਾਵਾ ਫਿਕਰ ਲੱਗਾ ਆ, ਮਾਂ ਪਿਓ ਜਵਾਨੀ ਬਾਰੇ 'ਚ ਬੁੱਢੇ ਹੋ ਗਏ ਨੇ, ਉਹਨਾਂ ਨੇ ਕੀ ਔਲਾਦ ਦਾ ਸੋਚਣਾ? ਸਾਡੀ ਹਕੂਮਤ ਨੂੰ ਚਾਹੀਦਾ ਆ ਇਸ ਗਰੀਬ ਪਰਵਰ ਜਿੰਨੇ ਲੋਕ ਨੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ। ਤਲੀਮ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੋਣਾ ਹੈਗਾ ਗਰੀਬ ਵਾਸਤੇ, ਖਾਸ ਕਰਕੇ। ਸੱਚੀ ਗੱਲ ਹੈ, ਹਾਂਜੀ, ਹਵਾਲ ਠੰਡੀ ਲੈਣੀ ਜੀ, ਉਹ ਨਸੀਬ ਨਹੀਂ ਹੈ। ਲੋਹਾ ਲੈਲਣ ਵੇਚ ਲਓ, ਪਿੱਤਲ ਸਿਲਵਰ ਵੇਚ ਲਓ, ਉਹ ਵੀ ਭਾਈ 25-30 ਪੁਰਾਣੇ ਪੱਖੇ ਵੇਚ ਲਓ, ਪੁਰਾਣੀਆਂ ਫਰਿੱਜਾਂ ਵੇਚ ਲਓ, ਪੱਖਿਆਂ ਦੀ ਏਸੀ ਦੀ, ਕੰਗੇ ਨਾਲ ਲਾਏ ਹੋਏ ਬਾਲ ਵੇਚ ਲਓ, 2500 ਰੁਪਏ ਪਾਈਆ ਦਿੱਤਾ ਇਸ ਹਕੂਮਤ ਨੇ, ਖਾਬ ਹੈ ਨਹੀਂ ਸੀ। ਸੁੱਕੀਆਂ ਰੋਟੀਆਂ ਵੇਚ ਲਓ, ਅਸੀਂ ਬਿੱਲ ਜਿਹੜਾ ਲੋਹਾ ਲੈਲਣ ਵੇਚ ਲਓ, 10,000 ਰੁਪਏ ਦਾ, ਜ਼ਿਆਦਾ ਜ਼ਿਆਦਾ 8,000-10,000 ਦਾ ਬਿੱਲ ਆਉਂਦਾ ਸੀ। ਤੂੰ ਪਤਾ ਨਹੀਂ ਗਾਹਕ ਸੌਂ ਗਏ ਧਾਰੀ ਜਾ ਰਹੇ ਸੀ, ਹੁਣ ਭਰਾਵਾ 1.25 ਲੱਖ ਬਿੱਲ ਆ, ਏਸੀ ਕਿੱਥੇ ਚਲਾ ਲਈ? ਲੋਹਾ ਲੈਲਣ ਵੇਚ ਲਓ, ਪਿੱਤਲ ਸਿਲਵਰ ਵੇਚ ਲਓ, ਜਿਸ ਬੰਦੇ ਦਾ 40,000 ਰੁਪਈਆ ਲੈਲਣ ਦੀਆਂ ਜੁੱਤੀਆਂ ਵੇਚ ਲਓ, ਪੁਰਾਣੇ ਪੱਖੇ ਵੇਚ ਲਓ, ਚਲਾ ਸਕਦਾ ਵਿਚਾਰਾ, ਪੁਰਾਣੀਆਂ ਫਰਿੱਜਾਂ ਵੇਚ ਲਓ, ਗਰੀਬ ਆਵਾਮ ਦਾ ਸੋਚੇ, ਪੱਖਾ ਨਹੀਂ ਚਲਾ ਸਕਦਾ ਹੁਣ ਤਾਂ, ਹਵਾ ਨਹੀਂ ਲੈ ਸਕਦਾ, ਪੱਖਾ ਚਲਾਉਣਾ ਕਿਤੇ ਕੋਈ ਹੈ ਹੀ ਨਹੀਂ। ਲੋਹਾ ਲੈਲਣ ਵੇਚ ਲਓ, ਹੋਵੇ ਦੀ ਵੀ ਉਹ ਆਪ ਹੀ ਨਹੀਂ ਚੱਲਦਾ ਹੈਗਾ, ਪਿੱਤਲ ਸਰਵਰ ਵੇਚ ਲਓ, ਉਹ ਵੀਰੇ ਤਾਂਬਾ ਵੇਚ ਲਓ। ਹੈਲੋ, ਤੂੰ ਕਿੱਧਰ ਆਵਾਜ਼ਾਂ ਲਾਈ ਜਾਣ ਡਿਆ? ਤੈਨੂੰ ਕੋਈ ਨਜ਼ਰ ਆ ਰਿਹਾ ਕੋਈ ਗਾਹਕ ਕਿੱਥੇ? ਭਾਅ ਜੀ ਘਰਾਂ 'ਚੋਂ ਨਿਕਲਣ, ਘਰਾਂ 'ਚੋਂ ਨਿਕਲਣੇ, ਘਰਾਂ 'ਚ ਤੂੰ ਵੜੇ ਆਪ? ਨਹੀਂ ਜੀ, ਤੂੰ ਛੱਡ ਕੇ ਗਿਆ ਘਰਾਂ 'ਚ, 4-4 GB ਜਦੋਂ ਮੈਂ ਸਾਈਕਲ ਲੈ ਗਿਆ ਮੈਂ 12 GB। ਭਾਅ ਜੀ ਜਦੋਂ ਮੈਂ ਆਵਾਜ਼ ਲਾਉਂਦਾ ਨਾ ਗਲੀ 'ਚੋਂ, ਆਵਾਜ਼ ਤੂੰ ਮਹਿੰਦੀ ਹੈ ਸਨ, ਵੀ ਤੇਰੀ ਆਵਾਜ਼ ਬੜੀ ਸੁਰੀਲੀ ਹੈ, ਲੋਕਾਂ ਨੇ ਤੈਨੂੰ ਦਾਤ ਦੇਣ ਲੱਗ ਪੈਣਾ, ਆਸਤਾ ਬੋਲਿਆ ਕਰ ਨਾਲੇ, ਤੂੰ ਜ਼ਰਾ ਦਰਵਾਜ਼ੇ ਟੱਪ ਜਾਇਆ ਕਰ, ਦਰਵਾਜ਼ੇ ਟੱਪ ਜਾਇਆ ਕਰ, ਅਸੀਂ ਬੈਠੇ ਆ, ਤੂੰ ਸਾਡੇ ਹੁੰਦੇ ਆਵਾਜ਼ ਲਾਈ, ਜਿਹੜਾ ਗਾਹਕ ਵੀ ਤੇਰਾ ਕੋਈ ਨਹੀਂ ਨਜ਼ਰ ਆਉਣ ਡਿਆ, ਕਿ ਤੁਸੀਂ ਕੁਛ ਐ ਵੇਚ ਦਿਓ ਭਾਅ ਜੀ, ਤੂੰ ਕੀ ਲੈ ਕੇ ਆਇਆ? ਅਨਾਰ ਲੈ ਕੇ ਫਿਰਨੇ ਆ? ਨਹੀਂ ਭਾਅ ਜੀ, ਇਹ ਪੁਰਾਣੇ ਪੱਖੇ, ਪੁਰਾਣੇ ਪੱਖੇ ਆ, ਸਾਡੇ ਕੋਲ ਪੁਰਾਣਾ ਪੱਖਾ ਆਇਆ ਹੀ ਨਹੀਂ। ਲੋਹਾ ਲੈ ਲੈਣ, ਲੋਹਾ ਲੈ ਲੈਣ, ਇਸ ਇਲਾਕੇ 'ਚ ਵੈਸੇ ਪੱਖਾ ਹੈਗਾ, ਜਾ ਕਿਤੇ ਮਾੜੇ ਇਲਾਕੇ ਜਾ, ਉੱਥੋਂ ਲੈ ਲੈਣ ਵਗੈਰਾ ਇਕੱਠੀ ਹੁੰਦੀ ਹੁੰਦੀ ਹੈ, ਸਾਡੇ ਲੈ ਲੈਣ ਕਿੱਥੋਂ ਆ ਗਏ? ਅਤੇ ਇੱਥੇ ਅੰਬਾਨੀ ਰਹਿੰਦਾ ਇਸ ਗਲੀ 'ਚ, ਇਹ ਵੀ ਮਾੜਾ ਹੀ ਅੰਬਾਨੀ, ਕੌਣ ਹੁੰਦਾ? ਤੂੰ ਗੱਲਾਂ ਕਿੱਦਾਂ ਕਰਨ ਡਿਆ? ਫਜ਼ੂਲ ਆਦਮੀ ਹੈ ਤੂੰ। ਭਾਅ ਜੀ ਅੱਗੇ ਵੀ ਅਸੀਂ ਆਈ ਜਾਈਦਾ, ਫੇਰ ਹੀ ਲਾਈਦੀ, ਅੱਗੇ ਆਈਦਾ, ਤੈਨੂੰ ਨਹੀਂ ਪਤਾ ਅਸੀਂ ਬੈਠੇ ਹਾਂ? ਲੋਹਾ ਲੈ ਲਓ, ਲੈਲਣ ਲੈ ਲਓ, ਦੇਸੀ ਲੈ ਲਓ, ਬਲੈਤੀ ਲੈ ਲਓ, ਲੱਗਾ ਲੈਣਾ ਬਾਤ। ਭਾਅ ਜੀ ਇਹ ਫਾਇਦਾ ਹੀ ਹੈ ਤੁਹਾਡਾ, ਫਾਇਦਾ ਪੁਰਾਣੀਆਂ ਸ਼ਾਵਾਂ ਲਈ ਦੀਆਂ, ਪੁਰਾਣੇ ਪੱਖੇ ਤੁਹਾਡੇ ਘਰ, ਜਗ੍ਹਾ ਮੱਲੀ, ਉਹ ਦੇ ਦਿਓ ਪੁਰਾਣੀ ਫਰਿੱਜ, ਐ ਵੀ ਉਹਨੇ ਨੁੱਕਰ ਮੱਲੀ ਹੈ, ਵਿੱਚ ਤੁਹਾਡੇ ਅਰਗੇ ਲੋਕਾਂ ਨੇ ਕੱਪੜੇ ਰੱਖੇ, ਕੱਪੜੇ ਜਿਹੜੀ ਸਾਲ ਤੋਂ ਚੱਲਣੀ ਹੁੰਦੀ ਪੁਰਾਣੀ ਹੈ, ਤੈਨੂੰ ਦੇ ਦੀਏ ਚੁੱਕ ਕੇ? ਖਰਾਬ ਫਰਿੱਜਾਂ ਕਹਿ ਰਹੇ? ਖਰਾਬ ਕੀ ਮਤਲਬ, ਕਿਸੇ ਨੂੰ ਗਾਲਾਂ ਕੱਢਦੀਆਂ ਫਰਿੱਜਾਂ, ਵੀ ਤੁਰੇ ਜਾਂਦੇ ਨੇ ਵੱਟੇ ਮਾਰਦੀਆਂ ਫਰਿੱਜਾਂ? ਸਾਹਿਬ ਜੀ ਲੜੀ ਕਰ ਲਈ ਜਾਣ? ਨਹੀਂ ਲੜੀ, ਤੂੰ ਗੱਲ ਦੇ ਆਖੇ, ਖਰਾਬ ਖਰਾਬ ਕੀ ਮਤਲਬ, ਚੱਲਣ ਡੀਆਂ ਉਹ ਖਰਾਬ, ਸੁੱਕੀਆਂ ਮੇਰਾ ਵੀਰ ਉੱਥੇ ਅੱਗੇ ਜਾ ਕੇ ਸੁੱਕੀਆਂ ਰੋਟੀਆਂ ਵੀ ਲੈਣਾ ਭਾਅ ਜੀ? ਸੁੱਕੀਆਂ ਰੋਟੀਆਂ ਅਸੀਂ ਰੱਖਦੇ ਨੇ, ਗਿੱਲੀਆਂ ਪਕਾਈ ਦੀਆਂ, ਉਸ ਟਾਈਮ ਖਾ ਲਈ ਦੀਆਂ, ਸੁੱਕੀਆਂ ਅਸੀਂ ਸੁੱਕੀਆਂ ਕਿਉਂ ਰੱਖੀਏ? ਉਹਨੂੰ ਪਾ ਦਿੰਦੇ, ਉਹਨੂੰ ਪਾ ਦਿੰਦੇ, ਜਾ ਕੰਮ ਕਰ, ਜਾ ਕੇ ਉੱਧਰ ਗੱਲਾਂ ਕਰ, ਲੋਹਾ ਵੇਚ ਲੈ ਲੈਣ ਵੇਚ, ਉਹ ਤੈਨੂੰ ਸੁਣ ਨਹੀਂ ਰਿਹਾ ਹੈਗਾ?
ਅੱਗੋਂ ਫਿਰ ਕਹੀ ਜਾਂਦਾ ਲੋਹਾ ਵੇਚ ਲੈਲਣ ਵੇਚ। ਭਾਅ ਜੀ ਮੈਂ ਹੁਣ ਆਵਾਜ਼ ਵੀ ਨਾ ਲਾਵਾਂ। ਆਵਾਜ਼ ਤੂੰ ਕਿਉਂ ਲਾਉਣ ਡਿਆ, ਕੀ ਗੱਲ ਆ? ਕਿ ਬਜ਼ੁਰਗ ਸੁੱਤੇ ਆ ਕੋਈ ਇੱਥੇ ਲਾਗੇ? ਬਜ਼ੁਰਗ ਸੁੱਤੇ, ਸਾਰੇ ਸੁੱਤੇ ਪਏ ਨੇ ਘਰਾਂ 'ਚ, ਲੋਕ ਆਰਾਮ ਕਰਨ ਡਏ ਆ। ਤੂੰ ਲੋਹਾ ਲੈ ਲਓ, ਲੈ ਲੈ ਲਓ ਅਤੇ ਚੰਗਾ ਕੰਮ ਦਾ ਟਾਈਮ ਉੱਠ ਖਲਾਉਣਗੇ। ਜਾ ਕੰਮ ਕਰ ਜਾ ਕੇ। ਆ ਵੇਖੋ ਭਾਅ ਜੀ ਇੱਦਾਂ ਦੀਆਂ ਬੋਤਲਾਂ, ਕੋਈ ਡੱਬੇ ਡੁੱਬੇ ਘਰ ਪਏ ਆ ਤਾਂ ਲਿਓ ਪਿਛਕ ਦੀ। ਡੱਬੇ ਤੇਲੀ ਰੱਖੇ ਆ ਸੀ। ਆ ਕੋਈ ਰੱਦੀ ਆ, ਰੱਦੀ ਵੀ ਲੈ ਲਈ ਦੀ ਆ। ਰੱਦੀ ਤੂੰ ਆ, ਉਹ ਤੂੰ ਅੱਗੋਂ ਜਾ ਕੇ ਲੈ ਕੇ ਤੂੰ ਤੁਸੀਂ ਵੇਚ ਦਿਓ। ਮੈਂ ਭਾਅ ਜੀ 2-4 ਰੁਪਈਏ ਵੱਧ ਹੀ ਦੇਣੇ ਹੁੰਦੇ ਆ। ਵੀਰੇ ਤੈਨੂੰ ਇਹ ਕਹਿਣ ਡੇ ਆ, ਸੁਣਿਆ ਅੱਗੇ ਜਾ ਕੇ ਤੇ ਆਵਾਜ਼ ਲਾ, ਤੂੰ ਕਿਉਂ ਸਾਡਾ ਦਿਮਾਗ ਖਾਣ ਡੇ? ਘਰ ਕੋਈ ਪੱਖਾ, ਇਸਤਰੀ ਪੁਰਾਣੀ ਸਾਰਾ ਕੁਛ ਹੀ ਆ। ਇਸਤਰੀ ਵੀ ਤੈਨੂੰ ਦੇ ਦਈਏ, ਪੱਖਾ ਵੀ ਦੇ ਦਈਏ, ਆਹ ਦੇ ਦਿਓ, ਹੈ ਏਸੀ ਵੀ ਤੈਨੂੰ ਦੇ ਦਈਏ। ਲੈ ਲੈ ਤਾਂ ਤੂੰ ਸਾਡੀ ਰਿਹਾਇਸ਼ ਹੀ ਲੈ ਲਾ, ਅਸੀਂ ਕਿਤੇ ਬਾਹਰ ਕਿਰਾਏ 'ਤੇ ਰਹਿਣ ਲੱਗ ਪੈਂਦੇ। ਭਾਅ ਜੀ ਪੁਰਾਣੀ ਇਸਤਰੀ ਆ, ਪੁਰਾਣਾ ਥਰਮੋਸ ਆ, ਕੋਈ ਜੂਸਰ ਆ ਪੁਰਾਣੀ। ਭਾਅ ਜੀ ਪੁਰਾਣਾ ਪੱਖਾ, ਕੋਈ ਪੁਰਾਣੀ ਫਰਿੱਜ ਆ, ਲੈ ਆਓ ਭਾਅ ਜੀ। ਉਹ ਸਾਰਾ ਕੁਛ ਹੀ ਪੁਰਾਣਾ ਆ, ਕੋਈ ਸਾਲ ਤੋਂ ਚੱਲਣ ਡਿਆ ਆ, ਕੋਈ 6 ਮਹੀਨਿਆਂ ਨੂੰ ਚੱਲਣ ਡਿਆ, ਸਾਰਾ ਕੁਛ ਪੁਰਾਣਾ ਆ। ਤੈਨੂੰ ਸਾਰਾ ਕੁਛ ਦੇ ਦਈਏ। ਅਤੇ ਬਦਲਾਉਂਦੇ ਕਿਉਂ ਨਹੀਂ ਭਾਅ ਜੀ? ਨਹੀਂ ਸਾਰਾ ਕੁਛ ਦੇ ਦਈਏ, ਤੂੰ ਇੱਦਾਂ ਕਰਨਾ, ਮਕਾਨ ਵੀ ਸਾਡਾ ਪੁਰਾਣਾ ਉਹ ਵੀ ਲੈ ਜਾ, ਤੂੰ ਇੱਥੇ ਰਹਿ, ਸਾਨੂੰ ਆਹ ਸਾਈਕਲ ਦੇ ਰਹੇ, ਅਸੀਂ ਜਾ ਕੇ ਫੇਰੀ ਦਾ ਕੰਮ ਕਰਨਾ ਪਈ, ਗੱਲਾਂ ਕਰਨ ਡਿਆ। ਜਾ ਉੱਥੇ ਕੰਮ ਕਰ, ਜਾ ਕੇ ਉੱਧਰ ਚਲ ਜਾ, ਉਹਦੇ ਚੱਲ ਅੱਗੇ। ਭਾਅ ਜੀ ਧੱਕੇ ਕੱਲ ਹੀ ਮਾਰਨ ਧੱਕੇ ਦੇਣ ਡਿਆ ਤੈਨੂੰ, ਤੂੰ ਇਸ ਕਾਬਲ ਆ, ਤੈਨੂੰ ਧੱਕੇ ਦਈਏ। ਤੈਨੂੰ ਮੈਂ ਕਹਿਣ ਡਿਆ ਯਾਰ, ਅਸੀਂ ਪੜ੍ਹਨ ਰਹੇ ਬੈਠੇ, ਬੱਚੇ ਜਿਹੜੇ ਸੁੱਤੇ ਪਏ ਆ। ਤੁਸੀਂ ਦਿਲ 'ਚ ਪੜ੍ਹੀ ਜਾਓ ਇੱਥੇ ਐਵੇਂ। ਨਹੀਂ ਦਿਲ 'ਚ ਕਾਹਦੇ ਪੜ੍ਹੀ ਜਾਓ, ਤੇਰੇ ਸਿਆਣਿਆਂ ਨੂੰ ਬਖਸ਼ਣਾ ਸੀ ਵੀ, ਅਖਬਾਰ ਪੜ੍ਹ ਕੇ ਤੇਰੇ ਸਿਆਣਿਆਂ ਨੂੰ ਬਖਸ਼ਣੀ ਅਸੀਂ। ਅਖਬਾਰ ਡੇਲੀ ਪੜ੍ਹਦੇ ਹੋ ਤੁਸੀਂ? ਡੇਲੀ ਪੜ੍ਹਦੇ, ਡੇਲੀ ਪੜ੍ਹੀ ਦੀ ਆ। ਅਤੇ ਅੱਜ ਨਾ ਵੀ ਪੜ੍ਹੀ ਤਾਂ ਕਿਹੜਾ ਚਲਾਨ ਹੋ ਜਾਣਾ ਤੁਹਾਡਾ? ਤੂੰ ਬੋਲਦਾ ਕਿੱਦਾਂ ਹੈ? ਹੈ ਚਲੋ ਤਾਂ ਅੱਗੇ ਚਲ, ਪਿੱਤਲ ਸਿਰਵਲ ਵੇਚ ਲਓ, ਕੰਘੀ ਨਾਲ ਲਾਏ ਹੋਏ ਵਾਲੇ। ਮੇਰਾ ਮੈਂ ਹੀ ਵੇਚਣਾ ਆ, ਮੈਂ ਤੈਨੂੰ ਕਹਿੰਦੇ ਅੱਗੇ ਜਾ, ਮੇਰਾ ਹੀ ਘਰ ਆ ਇਹ। ਚਲੋ ਫਿਰ ਇਹਨੂੰ ਕਹਿ ਦੇਣਾ ਪਿੱਤਲ ਸਿਰਵਰ ਵੇਚ ਲਓ, ਲੋਹਾ ਲੈਲਣ ਵੇਚ ਲਓ। ਓਏ ਛੋਟੇ ਭਰਾ ਦਾ ਘਰ ਆ, ਜਾ ਮੇਰਾ ਵੀਰ ਉੱਧਰ ਚਲੇ। ਇਹ ਸਾਰੀ ਗਲੀ 'ਚ ਆਪਣਾ ਹੀ ਖਾਂਦਾ ਰਹਿੰਦਾ? ਇਹ ਸਾਰਾ ਆਪਣਾ ਹੀ ਰਹਿਣ ਦਿੰਦੇ, ਕੋਈ ਮੋਸ ਰਹਿੰਦੇ ਆ, ਕੋਈ ਸਾਡੇ ਹਮਸਾਏ ਆ। ਜਾ ਮੇਰਾ ਵੀਰ ਕੰਮ, ਜਿਹਨੇ ਕਿ ਸਾਰੇ ਇੱਥੇ ਆਪਣੇ ਜੀ ਆ। ਯਾਰ ਦਿਮਾਗ ਕਾਹਤੇ ਖਾਈ ਜਾਂਦਾ ਵੀਰੇ, ਤੈਨੂੰ ਪਿਆਰ ਨਾਲ ਕਹੀ ਜਾਂਦੇ ਚਲ ਜਾ, ਤੈਨੂੰ ਅਸਰ ਨਹੀਂ ਹੋ ਰਿਹਾ? ਚੱਲਾਂ ਭਰਾਵਾ, ਕੰਘੀ ਨਾਲ ਲਾਏ ਹੋਏ ਵਾਲ ਵੇਚ ਲਓ। ਕੰਘੀ ਨਾਲ ਲੈਂਦੇ ਆ ਅੱਗੇ, ਕਦੀ ਕਦੀ ਵੇਖਿਆ ਵੀ ਗਰਮਾਲੇ ਨਾਲ ਲਾਉਣ ਡਏ ਆ ਭਾਜੀ, ਜਾਂ ਸਾਈਕਲ ਦੀ ਚੈਨ ਚੜੇ 'ਚ ਵਾਲ ਲਾਉਣ ਡਏ ਆ 2500 ਰੁਪਏ, ਜਾਂ ਅਸੀਂ ਕੁਝ ਕੋਠੇ 'ਤੇ ਟੰਗੇ ਆ ਵਾਲ ਤੂੰ ਲਾਉਣ ਡਿਆ, ਵਾਲ ਤਾਰਾਂ 'ਤੇ ਪਏ ਤੂੰ ਲਾਉਣ ਡਿਆ, ਕੰਘੀ ਨੇ ਲਾਉਣੇ ਹੁੰਦੇ ਆ। ਕਦੀ ਵੇਖਿਆ ਕਿ ਤੂੰ ਹੱਥ ਨਾਲ ਵਾਲ ਪੁੱਟਦੇ ਆ ਬੰਦਾ ਐਂ ਕਰਕੇ? ਭਾਅ ਜੀ ਹੁਣ ਕੰਘੀ ਵਾਲੇ ਇਸੇ 'ਤੇ ਆਵਾਜ਼ ਲਾਉਣ ਡੇ, ਕੰਘੀ ਨਾਲ ਲਾਏ ਹੋਏ ਵਾਲ ਵੇਚ ਲਓ। ਅਤੇ ਕੰਘੀ ਕੀ ਗੱਲ, ਕੰਘੀ ਨਾਲ ਖਾਸ ਆ ਕੋਈ ਗੱਲ? ਮੈਨੂੰ ਪਤਾ ਤੁਸੀਂ ਕਿਉਂ ਗੁੱਸਾ ਕਰਨ ਡੇ। ਕਿਉਂ ਕਰਨ ਡੇ? ਕਿਉਂਕਿ ਤੁਸੀਂ ਵੇਚ ਹੀ ਨਾ ਸਕਦੇ ਕੰਘੀ ਵਾਲੇ ਵਾਲ। ਚੱਲ ਜਾ, ਚੱਲ ਕੰਮ ਕਰ ਜਾ ਕੇ, ਚੱਲ ਅੱਗੇ ਚੱਲ। ਚੱਲਾਂ ਭਾਅ ਜੀ, ਚੱਲ ਅੱਗੇ ਚੱਲ ਭਾਅ ਜੀ। ਲੇਕਿਨ ਭਾਅ ਜੀ ਇੱਕ ਗੱਲ ਦੱਸ ਦਿਓ ਮੈਨੂੰ, ਆਹ ਤੁਹਾਡੇ ਸਿਰ 'ਚ ਕਿਸੇ ਨੇ ਅਨਾਰ ਕਮਾਤਾ ਵਾਲ ਹੀ ਹੈ ਨਹੀਂ? ਸੁੱਖੀਆਂ ਰੋਟੀਆਂ ਵੇਚ ਲਓ, ਚੱਲ ਤੁਰ। ਤਾਂਬਾ ਵੇਚ ਲਓ, ਤਾਂਬਾ ਵੇਚ ਲਓ, ਪਿੱਤਲ ਵੇਚ ਲਓ। ਤੂੰ ਜਾਣਾ ਆ ਜਾਂ ਮੈਂ ਉੱਠ ਕੇ ਆਵਾਂ? ਨਹੀਂ ਮੈਂ ਆਪੇ ਚੱਲ ਜਾਣਾ, ਤੁਸੀਂ ਲਾਹ ਕੇ ਆਉਣਾ ਮੈਨੂੰ। ਸੁੱਕੀਆਂ ਰੋਟੀਆਂ, ਪੁਰਾਣੀ ਫਰਿੱਜ, ਪੁਰਾਣੀ ਮਸ਼ੀਨ, ਸਿਲਾਈ ਮਸ਼ੀਨ, ਵਾਸ਼ਿੰਗ ਮਸ਼ੀਨ। ਭਾਅ ਜੀ ਗੱਲ ਪਤਾ ਕੀ ਆ, ਮਾਲਕ ਨੇ ਤੁਹਾਨੂੰ ਦਿੱਤਾ ਆਹ ਤੁਹਾਡਾ ਘਰ, ਆਹ ਤੁਹਾਡੇ ਭਰਾ ਦਾ ਘਰ, ਉਹ ਤੁਹਾਡੇ ਮੋਹਸਨ ਦਾ ਘਰ, ਇੱਥੇ ਸਾਰੇ ਰਿਸ਼ਤੇਦਾਰ ਹੀ ਰਹਿੰਦੇ ਆ ਤੁਸੀਂ, ਅਤੇ ਗਰੀਬ ਆਦਮੀ ਨਾਲ ਪਿਆਰ ਕਰੀਦਾ ਭਾਅ ਜੀ। ਹੁਣ ਗਰੀਬ ਆਦਮੀ ਸਾਰੇ ਘਰ ਖਾਲੀ ਕਰ ਦੇਵਾਂ, ਕਿਸੇ ਦੀ ਫਰਿੱਜ ਬਾਹਰ ਲੈ ਆਵਾਂ, ਕਿਸੇ ਦਾ ਕੂਲਰ ਬਾਹਰ ਲੈ ਆਵਾਂ, ਭੈਣ ਭਰਾਵਾਂ ਦੇ ਰਿਸ਼ਤੇਦਾਰਾਂ ਦੇ ਸਾਰੇ ਘਰ ਖਾਲੀ ਕਰਕੇ ਤੈਨੂੰ ਮੈਂ ਦੇ ਦੇਵਾਂ, ਅਤੇ ਮੈਂ ਫਿਰ ਮੈਂ ਤੇ ਤੇਰਾ ਮੋਸਨ ਆ, ਫਿਰ ਮੈਂ ਤੈਨੂੰ ਪਿਆਰ ਕਰਦਾ। ਇਹ ਘਰ ਖਾਲੀ ਮੈਂ ਕਿਹੜਾ ਸਫੈਦੀ ਕਰਨੀ ਭਾਅ ਜੀ? ਆ ਸਫੈਦੀ ਵਾਲਾ ਹੀ ਆ, ਤੂੰ ਫਰਿੱਜ ਵੀ ਤੈਨੂੰ ਦੇ ਦਿੱਤੀ ਹੈ, ਪੱਖੇ ਵੀ ਤੈਨੂੰ ਦੇ ਦਿੱਤੇ। ਚਲੋ ਭਾਅ ਜੀ ਕਿ 2-400 ਵਿਕ ਜੂਗਾ, ਤੁਸੀਂ ਆਪਣੀ ਫਰਿੱਜ ਕੱਢ ਦਿਓ। 2-400 ਦੀ ਫਰਿੱਜ ਆਉਂਦੀ ਆ? ਨਹੀਂ ਸਾਨੂੰ ਬਚ ਜੂਗਾ। ਮੈਨੂੰ ਦੱਸ, 2-400 ਦੀ ਫਰਿੱਜ ਆਉਂਦੀ ਆ? ਉਹ ਫਰਿੱਜ ਨੂੰ ਮਾੜਾ ਜਿਹਾ ਹੱਥ ਮਰਵਾਉਣਾ ਹੋਵੇ ਤਾਂ ਅਗਲਾ 2500-3000 ਲੈ ਜਾਂਦਾ।
ਭਾਜੀ ਖਰਾਬ ਫ੍ਰਿਜ 200 ਦੀ ਫ੍ਰਿਜ ਚਕਾ ਦਮਾ ਚਲੋ ਵਾਸ਼ਿੰਗ ਮਸ਼ੀਨ ਚਕਾ ਦੇ ਵਾਸ਼ਿੰਗ ਮਸ਼ੀਨ ਕਿਉਂ ਚਕਾ ਦੇ ਕੱਪੜੇ ਨਹੀਂ ਧੋਣੇ ਅਸੀਂ ਪੁਰਾਣੀ ਦਿਨ ਚਕਾ ਦੇ ਜਿਹੜੀ ਚੀਜ਼ ਕਢਾਉਣੀ ਆ ਉਹ 2 ਦਿਨ ਬਾਅਦ ਪੁਰਾਣੀ ਹੋਣੀ ਆ ਕੋਈ ਸਿਲਾਈ ਮਸ਼ੀਨ ਚਕਾ ਦਿਓ ਫਿਰ ਕਫਨ ਸੀਣਾ ਤੂੰ ਤੂੰ ਸਿਆਣੇ ਦਾ ਕਫਨ ਸੀਣਾ ਤੇਰੇ ਮੈਂ ਦੇ ਦਵਾਂ ਸੀ ਕੇ ਵਾਪਸ ਦੇ ਜੂ ਗੱਲਾਂ ਕਰਨ ਡਿਆ ਜਾ ਮੇਰਾ ਵੀਰ ਅੱਗੇ ਭਾਜੀ ਕੋਈ ਯੂਸ਼ਨ ਮਸ਼ੀਨ ਦੇ ਦਿਓ ਸੁਣੇ ਨਾ ਆਵਾਜ਼ ਲਾ ਬੱਚੇ ਸੁੱਤੇ ਆ ਤੂੰ ਮੇਰਾ ਵੀਰ ਲੰਘਣਾ ਹੁੰਦਾ ਆਰਾਮ ਨਾਲ ਲੰਘ ਜਾਇਆ ਕਰ ਚਲੋ ਮੈਂ ਲੰਘਦਾ ਜਿਹਨੇ ਚੀਜ਼ ਤੈਨੂੰ ਦੇਣੀ ਹੈ ਨਾ ਉਹਨੇ ਤੇਰੀ ਇੱਕ ਆਵਾਜ਼ ਦੇ ਬਾਹਰ ਆ ਜਾਣਾ ਕੋਈ ਬਿਸਤਰੇ ਪੁਰਾਣੇ ਉਹ ਦੇ ਦਿਓ ਬਿਸਤਰੇ ਕੀ ਮੁਸਾਫਰਖਾਨਾ ਇਹ ਮੈਂ ਕਿਹਾ ਸ਼ਾਇਦ ਨਹੀਂ ਮੁਸਾਫਰਖਾਨਾ ਲਾਰੀ ਅੱਡੇ ਅਸੀਂ ਰਹਿੰਦੇ ਹਾਂ ਵੀ ਜਿਹੜਾ ਆਵੇ ਇੱਥੇ ਸੌਂ ਜਾਵੇ ਤੈਨੂੰ ਮੈਂ ਮੰਜੀ ਦੇ ਦੇਵਾਂ ਤੂੰ ਉੱਥੇ ਜਨਾਜ਼ਾ ਲੜਾ ਕੇ ਲੈ ਜਾਣਾ ਆ ਭਾਜੀ ਕੋਲ ਲੋਹੇ ਦੀ ਮੰਜੀ ਹੈਗੀ ਉਹ ਦੇ ਦੇ ਉਹ ਚੌਲ ਪਾਉਣੇ ਆ ਵੀ ਤੂੰ ਇਸ ਨੂੰ ਚੌਲ ਪਾਉਣੇ ਦੇਖ ਰੱਖੀ ਹੈ ਕੋਲ ਅਤੇ ਘਰ ਲੋਹੇ ਦੀ ਮੰਜੀ ਹੈ ਨਹੀਂ ਕੋਈ ਜਾ ਮੇਰਾ ਵੀਰ ਕੰਮ ਕਰ ਨਹੀਂ ਕੰਮ ਹੀ ਕਰਨ ਡਿਆ ਭਾਜੀ ਲੰਘ ਜਾ ਕਰ ਜਦੋਂ ਨਾ ਕਹਿ ਦਈਏ ਨਾ ਅਸਰ ਕਰ ਲਈਦਾ ਹੁੰਦਾ ਜਾ ਹੁਣ ਮੈਂ ਜਾਵਾਂ ਫਿਰ ਯਾਰ ਤੂੰ ਕਿਉਂ ਖਿਜਾਉਣ ਡਿਆ ਭਰਾਵਾ ਅੱਛਾ ਭਾਜੀ ਚੱਲਾਂ ਮੈਂ ਹੈ ਕਿਉਂ ਖਿਜਾਉਣ ਡਿਆ ਚੱਲਾਂ ਭਾਜੀ ਚੱਲਾਂ ਨਾਰਾਜ਼ ਨਾ ਹੋਵੇ ਤੁਸੀਂ ਜਾ ਨਿਕਲ ਜਾ ਮੇਰਾ ਵੀਰ ਨਿਕਲ ਪੁਰਾਣੇ ਪੱਖੇ ਵੇਚ ਲਓ ਪੁਰਾਣੀਆਂ ਫਰਿੱਜਾਂ ਵੇਚ ਲਓ ਓਏ ਪੁਰਾਣੀ ਵਾਸ਼ਿੰਗ ਮਸ਼ੀਨ ਵੇਚ ਲਓ ਲੋਹਾ ਵੇਚ ਲਓ ਲੈਲਣ ਵੇਚ ਲਓ ਸੁੱਕੀਆਂ ਰੋਟੀਆਂ ਵੇਚ ਲਓ ਕੰਮ ਵੀ ਨਹੀਂ ਕਰਨ ਦਿੰਦੇ ਹੈਗੇ ਸਵੇਰੇ ਹੀ ਉੱਠ ਕੇ ਬਹਿ ਜਾਂਦੇ ਦੇਖ ਤਾਂ ਸਹੀ ਯਾਰ ਕੈਸਾ ਬੰਦਾ ਹੈ ਇਹਨੂੰ ਮੈਂ ਕਹੀ ਜਾਣਾ ਬੱਚੇ ਸੁੱਤੇ ਆ ਸਾਹਮਣੇ ਵੀ ਸੁੱਤੇ ਆ ਸਕੂਨ ਨਾਲ ਤੂੰ ਲੰਘ ਜਾ ਯਾਰ ਇੱਕ ਵਾਰੀ ਆਵਾਜ਼ ਦਈਏ ਜਿਹਨੇ ਸੁਣਨੀ ਹੈ ਨਾ ਉਹਨੇ ਚੀਜ਼ ਵੇਚਣ ਬਾਹਰ ਆ ਹੀ ਜਾਣਾ ਦੇਖੋ ਮਗਿਆਈ ਨਹੀਂ ਟੁੱਟਦੀ ਪਈ ਤੈਨੂੰ ਮਗਿਆਈ ਨਹੀਂ ਪਈ ਮੇਰੇ ਕੋਲ ਇੱਕ ਬੰਦਾ ਨਹੀਂ ਸਾਂਭਿਆ ਜਾਣ ਡਿਆ ਤੂੰ ਵੇਖ ਤੁਸੀਂ ਮਾੜਾ ਬੰਦਾ ਉਹ ਤੂੰ ਮਤੱਕਾ ਲਾ ਕੇ ਮੇਰੇ ਨਾਲ ਖੜਾ ਉਹ ਕੀ ਖਿਆਲ ਇਹਨਾਂ ਦਾ ਕਰੇਗੀ ਰੋਜ਼ੀ ਕਮਾਉਣੀ ਬਹੁਤ ਔਖੀ ਹੋਈ ਹੈ ਯਾਰ ਕੀ ਕਰਨ ਉਹ ਵੀ ਵਿਚਾਰੇ ਜਿਹਨੇ ਸਰ 35 ਗਲੀਆਂ ਫਿਰਨੀਆਂ ਹੈ ਉਹਨੇ ਆਵਾਜ਼ਾਰ ਹੀ ਹੋਣਾ ਹੈ ਮੇਰੀ ਤਾਂ ਮੈਂ ਦਿਨ ਰਾਤ ਦੁਆ ਕਰਦਾ ਯਾ ਅੱਲਾ ਪਾਕ ਜਿਹੜੇ ਐਸੇ ਲੋਕ ਆ ਇਹਨਾਂ ਨੂੰ ਇੱਜ਼ਤ ਦੇ ਰਿਜ਼ਕ ਦੇ ਆਪਣੇ ਬੱਚਿਆਂ ਦੇ ਪੁਰਾਣੇ ਪੱਖੇ ਵੇਚ ਲਓ ਪੁਰਾਣੀਆਂ ਮਸ਼ੀਨਾਂ ਤੈਨੂੰ ਸੁਣਿਆ ਨਹੀਂ ਹੈ ਤੈਨੂੰ ਸੁਣਿਆ ਨਹੀਂ ਹੈ ਤੂੰ ਮਿੰਟ ਕੁ ਬਾਅਦ ਆ ਜਾਂਦਾ ਚੱਲਾਂ ਭਾਜੀ ਤੈਨੂੰ ਮੈਂ ਰੋਕੀ ਜਾਣ ਡਿਆ ਚੱਲਾਂ ਭਾਜੀ ਚੱਲਾਂ ਉਹ ਨਹੀਂ ਹੁਣ ਮੈਂ ਫੇਰ ਆ ਗਿਆ ਇੱਧਰੋਂ ਮਿੰਟ ਕੁ ਬਾਅਦ ਉਹਨੂੰ ਅਸਰ ਹੀ ਨਹੀਂ ਹੋ ਰਿਹਾ ਇਸ ਗੱਲ ਦਾ ਕੈਸਾ ਨਲਾਇਕ ਆਦਮੀ ਹੋਏਗਾ ਇਹ ਮਜਬੂਰ ਆ ਯਾਰ ਸਾਡੇ ਤੇ ਮਜਬੂਰੀ ਹੈ ਸਾਰੀ ਉਹਨੂੰ ਪਿਆਰ ਕਿੰਨੇ ਪਿਆਰ ਨਾਲ ਸਮਝਾਉਣ ਡਿਆ ਕਿ ਯਾਰ ਤੂੰ ਅੱਗੇ ਲੰਘ ਜਾ ਕਿਤੇ ਨਾ ਗੁੱਸਾ ਕਰੋ ਭਾਜੀ ਤੁਸੀਂ ਨਾਰਾਜ਼ ਨਾ ਹੋਵੋ ਮੈਂ ਦੱਸਦਾ ਵੀ ਮੈਂ 10 ਗਲੀਆਂ ਫਿਰ ਕੇ ਆਇਆ ਕੁਛ ਨਹੀਂ ਲੱਭਾ ਤੁਹਾਡੇ ਸਾਹਮਣੇ ਉਹੀ ਡੱਬੇ ਆ ਵਿੱਚ ਉਹੀ ਆ ਬੋਤਲ ਟੰਗੀ ਆ ਕੱਖ ਨਹੀਂ ਲੱਭਾ ਕਿਸੇ ਪਾਸੇ ਤੁਹਾਨੂੰ ਕੀ ਪਤਾ ਵੀ ਕੀ ਭਾਅ ਵਿਕਣ ਡਈ ਆ ਇਹ ਤੁਹਾਨੂੰ ਕੰਮ ਕਰਨਾ ਪਾਈਏ ਤੁਹਾਨੂੰ ਲੱਗ ਪਤਾ ਜੇ ਪੂਰਾ ਮਹੱਲਾ ਫਿਰ ਕੇ ਆਇਆ ਇਕੱਲੀ ਇਕੱਲੀ ਗਲੀ ਫਿਰ ਕੇ ਆਇਆ ਵਾਂ ਸਿਰਫ 300 ਰੁਪਈਆ ਵੱਟਿਆ ਸਿਰਫ 300 ਰੁਪਈਆ ਅਤੇ ਦੇਖ ਲਓ ਦੁਪਹਿਰ ਹੋ ਗਈ ਹੈ ਸਾਰੀ ਧੁੱਪੇ ਫਿਰਦਾ ਫਿਰ ਤੁਸੀਂ ਇੱਥੇ ਬੈਠੇ ਜੇ ਤੁਸੀਂ ਤੈਨੂੰ ਵੀਰੇ ਇਹੀ ਕਿਹਾ ਆ ਵੀਰ ਮੇਰਿਆ ਕਿ ਯਾਰ ਅਸੀਂ ਬੈਠੇ ਹਾਂ ਤੈਨੂੰ ਇਹ ਕਿਹਾ ਕਿ ਯਾਰ ਆਵਾਜ਼ ਨਾ ਐਡੀ ਉੱਚੀ ਲਾ ਇੱਕ ਵਾਰੀ ਜਦੋਂ ਤੇਰੀ ਆਵਾਜ਼ ਸੁਣ ਲਈ ਹੈ ਨਾ ਸਾਰਿਆਂ ਨੇ ਜਿਹਨੇ ਆਵਾਜ਼ ਤੇਰੀ ਸੁਣਨੀ ਉਹਨੂੰ ਸੁੱਤਿਆ ਉੱਠ ਕੇ ਵੀ ਤੇਰੇ ਕੋਲ ਆ ਜਾਣਾ ਭਾਜੀ ਜੇ ਰਿਜ਼ਕ ਤੇਰੇ ਮੁਕੱਦਰਾ 'ਚ ਮੇਰੇ ਮਾਲਕ ਨੇ ਲਿਖਿਆ ਨਾ ਤੂੰ ਨਾ ਵੀ ਆਵਾਜ਼ ਮਾਰੇ ਨਾ ਉਸ ਸੋਹਣੇ ਰੱਬ ਨੇ ਤੈਨੂੰ ਫੇਰ ਵੀ ਰਿਜ਼ਕ ਦੇ ਦੇਣਾ ਭਾਜੀ ਮਾਲਕ ਨੇ ਤਾਂ ਰਿਜ਼ਕ ਦੇਣਾ ਵਾ ਹੁਣ ਮੈਂ ਕੋਈ ਆਵਾਜ਼ ਲਾਉਂਗਾ ਮੈਂ ਮਿਸ ਕਰਾਂ ਜਿਹੜੇ ਪਿੰਡ ਮੈਦਾਨ 'ਚ ਲਾਉਣੀ ਆ ਵੀ ਦੁਨੀਆ ਤੇਰੀ ਸੁਣਨ ਵਾਲੀ ਆ ਤੂੰ ਮੈਡਮ ਨੂਰ ਜਹਾਂ ਦਾ ਮੁੰਡਾ ਵੀ ਤੇਰੀ ਆਵਾਜ਼ ਨੂੰ ਕਹਿਣਾ ਵਾਰੇ ਵਾ ਕਿਆ ਬਾਤ ਨਹੀਂ ਫਿਰ ਜੇ ਇੰਜ ਕਹਿ ਲਓ ਪੂਰੀ ਗਲੀ 'ਤੇ ਮੈਨੂੰ ਨੰਬਰ ਦੇ ਦਿਓ ਮੈਂ ਮਿਸ ਕਾਲ ਮਾਰ ਦਿਆ ਕਰੂੰ ਸਾਰਿਆਂ ਨੂੰ ਵੀ ਆ ਜਾਓ ਮੈਂ ਫੇਰੀ ਵਾਲਾ ਆ ਗਿਆ
ਭਾਅ ਜੀ ਇਹ ਆਵਾਜ਼ ਲਾਉਣੀ ਪੈਂਦੀ ਹੈ। ਤੁਸੀਂ ਅਮੀਰ ਲੋਕ ਜੇ ਏਸੀਆਂ 'ਚ ਘਰ ਸੁੱਤੇ ਜੇ ਠੰਡੇ, ਗਰਮੀਆਂ 'ਚ ਵੀ ਕੰਬਲ ਲੈ ਕੇ ਸੁੱਤੇ ਏਸੀਆਂ 'ਚ, ਤੁਹਾਡੀ ਮੌਜ ਲੱਗੀ, ਤੁਹਾਨੂੰ ਬੱਚੇ ਪਾਲਣੇ ਪੈਣ, ਫੇਰੀ ਲੱਗ ਤਾਂ ਤੁਹਾਨੂੰ ਲੱਗ ਪਤਾ ਜਾਏ। ਪਾਣੀ ਫਲਾ ਯਾਰ ਇਹਨੂੰ ਥੋੜ੍ਹੀ, ਬਹਿ ਜਾ ਸਾਈਕਲ ਸਾਈਡ ਤੇ ਲਾ ਲੈ ਪਾਣੀ। ਮਿਹਰਬਾਨੀ ਭਾਅ ਜੀ, ਇੱਥੇ ਲਾ ਦਾਂ ਭਾਈ ਸਾਈਕਲ, ਬੜੇ ਪਰੇ ਕਰਕੇ ਲਾ। ਕੀ ਇਧਰ ਟ੍ਰੇਨ ਆਉਣ ਲੰਘਣੀ ਯਾਰ, ਤੂੰ ਕੀ ਕਰਨ ਡਿਆ? ਨਹੀਂ ਮੈਂ ਪੁੱਛਿਆ ਹੀ ਆ ਭਾਅ ਜੀ, ਕਿੱਥੇ ਲਾਵਾਂ ਭਾਅ ਜੀ? ਉਹ ਤੂੰ ਬੜੇ ਪਰੇ ਕਰਕੇ ਲਾ ਲਾ। ਪਰੇ ਕੀ ਛਿੱਟੇ ਪੈਣ ਡੇ? ਅੱਛਾ ਭਾਅ ਜੀ ਪਰੇ ਲਾ ਦਿੰਦੇ। ਬਸ ਭਾਅ ਜੀ ਇਹ ਗੁਰਬਤ ਨੇ ਹਾਲ ਕੀਤਾ, ਆ ਇੱਥੇ ਬਹਿ ਜਾ ਇੱਥੇ। ਮੈਂ ਇਹ ਹੀ ਕੰਮ ਨਹੀਂ ਸੀ ਕਰਦਾ, ਪਾਣੀ ਪਲਾ ਯਾਰ ਇਹਨੂੰ। ਮਿਹਰਬਾਨੀ ਤੁਹਾਡੀ, ਕੋਈ ਨਹੀਂ ਪੁੱਛਦਾ। ਇਹਨਾਂ ਕੋਲ ਸਾਡੀ ਦੁਸ਼ਮਣੀ ਨਹੀਂ, ਸੁਣੇ ਹੈਗੀ, ਅਸੀਂ ਵੀ ਕੋਈ ਐਡੇ ਅਮੀਰ ਨਹੀਂ ਹੈਗੇ, ਲੇਕਿਨ ਇਹ ਹੈ ਕਿ ਮਾਲਕ ਦਾ ਕਰਮ ਆ, ਰਹਿਮਤ ਅੱਲਾ ਸੋਹਣਾ ਤੇ ਵੀ ਕਰਮ ਕਰੇ, ਇਹ ਗੱਲ ਨਹੀਂ ਹੈਗੀ। ਮੈਂ ਤੈਨੂੰ ਇਹ ਕਹਿੰਦਾ ਕਿ ਸੁੱਤੇ ਹੁੰਦੇ ਆ ਬੱਚੇ ਵੀ ਸਾਰੇ, ਇੱਕ ਦੋ ਆਵਾਜ਼ਾਂ ਲਾਇਆ ਕਰ, ਪਤਾ ਲੱਗ ਜਾਇਆ ਕਰੇਗਾ, ਠੀਕ ਹੈ ਕਿ ਨਹੀਂ? ਹੁਣ ਅਸੀਂ ਇੱਥੇ ਬੈਠੇ ਹਾਂ, ਆਪਾਂ ਅਖਬਾਰ ਪੜ੍ਹ ਰਹੇ ਹਾਂ, 6 ਵਾਰੀ ਤੂੰ ਮੈਨੂੰ ਡਿਸਟਰਬ ਕੀਤਾ ਹੈ ਭਾਅ ਜੀ। ਉਹਦੀ ਮਾਦਰਾ ਚਮਨਾ, ਬਾਕੀ ਇਹ ਮੈਂ ਕੰਮ ਕਿਤੇ ਸ਼ੁਰੂ ਤੋਂ ਇਹ ਕੰਮ ਨਹੀਂ ਕਰਦਾ ਰਿਹਾ, ਇਹ ਤਾਂ ਵੇਲਾ ਐਸਾ ਪੈ ਗਿਆ, ਮੈਨੂੰ ਫੇਰੀ ਲਾਉਣੀ ਪੈ ਗਈ ਹੈ। ਇਹ ਸਦਾ ਦਿਨ ਇੱਦਾਂ ਦੇ ਨਹੀਂ ਰਹਿੰਦੇ। ਪਹਿਲਾਂ ਤੂੰ ਕਿਤੇ ਵਾਪਟਾ 'ਚ ਅਫਸਰ ਸੀ? ਨਹੀਂ ਭਾਅ ਜੀ, ਪਹਿਲੇ ਮੈਂ ਬੱਸਾਂ 'ਚ ਪਾਣੀ ਵੇਚਦਾ ਸੀ। ਬੜਾ ਕੰਮ ਆ ਵੀ ਉਹ ਹੈ, ਉਹ ਬੱਸਾਂ 'ਚ ਪਾਣੀ ਵੇਚਦਾ ਸੀ, ਉਦੋਂ ਗਲਾਸ ਜਿਹੜਾ ਸੀ ਨਾ ਉਹ 950 ਦਾ ਸੀ ਜਦੋਂ ਇਹ ਵੇਚਦਾ ਹੁੰਦਾ। ਭਾਅ ਜੀ ਬੜਾ ਕੰਮ ਸੀ, ਉਹ ਕਹਿੰਦਾ ਬੜਾ ਕੰਮ, 10 ਰੁਪਏ ਦਾ ਗਲਾਸ ਹੁੰਦਾ ਯਾਰ। ਉਹ ਮੈਂ ਕੰਮ ਛੱਡਤਾ ਭਾਅ ਜੀ, ਹੁਣ ਫੇਰੀ ਲਾਉਣ ਡਿਆ, ਉਹ ਫੇਰੀ 'ਚ ਵੀ ਧੋਖਾ ਹੋਣ ਡਿਆ। ਕਿਉਂ? ਨਾਲ ਦੀ ਗਲੀ 'ਚ ਮੈਂ ਗਿਆ ਵਾ, ਉਹਨੇ ਕਹੀ ਸਾਡੇ ਕੋਲ 2 ਕਿਲੋ ਤਾਂਬਾ ਪਿਆ, ਤਾਂਬੇ ਦਾ ਰੇਟ ਤੁਹਾਨੂੰ ਪਤਾ ਚੜਿਆ ਪਿਆ, ਉਹ 1.5 ਕਿਲੋ ਤਾਂਬਾ ਸੀ ਮੇਰੇ ਕੋਲ, ਜੋ ਸੀ ਜਮ੍ਹਾਂ ਪੂੰਜੀ ਮੈਂ ਸਾਰੀ ਉਹਨਾਂ ਨੂੰ ਦੇਤੀ। ਮੁੜ ਕਹੀ ਤਾਂ ਮੈਂ ਵੇਚਣ ਗਿਆ, ਕਹਿੰਦੇ ਜੀ ਤਾਂ ਤਾਂਬਾ ਹੈ ਹੀ ਨਹੀਂ, ਉਹ ਕੋਈ ਹੋਰ ਹੀ ਆਈਟਮ ਨਿਕਲ ਗਿਆ, ਮੈਨੂੰ 2500 ਰੁਪਇਆ ਉਹ ਪੱਲਿਓਂ ਪੈ ਗਿਆ। ਤੇ ਤੈਨੂੰ ਘਰ ਦਾ ਨਹੀਂ ਪਤਾ ਹੈਗਾ, ਉਹਨਾਂ ਨੂੰ ਚਲੇ ਗਿਆ ਤੂੰ ਉਹਨਾਂ ਨੂੰ? ਉਹ ਇੱਦਾਂ ਹੀ ਮੈਂ ਖਲੋਤਾ, ਮੈਂ ਇੱਕ ਦੇ ਕੇ ਗਿਆ ਵਾ ਬੰਦਾ ਤੁਹਾਡੇ ਕੋਲ, ਅਤੇ ਦੇ ਕੇ ਐਨੂੰ ਨਿਕਲ ਗਿਆ। ਪੈਸੇ ਯਾਰ 2 ਨੰਬਰ ਲੋਕ ਨੇ, ਮੈਂ ਤਾਂ ਹੈਰਾਨ ਹਾਂ, ਗਰੀਬ ਆਦਮੀ ਹੈ ਤੂੰ, ਕਿਹੜਾ ਬੰਦਾ ਜਿਹੜਾ ਧੋਖਾ ਉਹਦਾ ਕਰਕੇ ਜਾ ਰਹੇ? ਰੁਪਈਆ ਰੁਪਈਆ ਕਮਾਉਣਾ, ਧਿਆਨ ਨਾਲ ਤੁਹਾਡਾ ਤਜਰਬਾ ਨਹੀਂ ਹੋਇਆ ਤਾਂਬੇ ਦਾ? ਤਜਰਬਾ ਹੈਗਾ ਭਾਈ। ਫਿਰ ਤੁਸੀਂ ਕਿਉਂ ਮਾਰ ਖਾ? ਉਹਨੇ ਨਾ ਥੋੜ੍ਹਾ ਜਿਹਾ ਛੋਪਰ ਚੋਂ ਕੱਢ ਕੇ ਦਿਖਾਇਆ, ਇੰਨਾ ਥੋੜ੍ਹਾ ਕੁ ਪਤੀਸਾ ਸੀ ਵੀ ਐਂ ਕਰਕੇ ਚੈੱਕ ਕਰਾਉਣਾ ਸੀ ਉਹਨੇ। ਨਹੀਂ ਭਾਈ, ਤਾਂਬਾ ਸੀ ਉਹ, ਸਹੀ ਸੀ ਤਾਂਬਾ ਜਿਹੜਾ ਇੰਨਾ ਸੀਗਾ, ਉਹ ਅਸਲੀ ਤਾਂਬਾ ਸੀ। ਮੈਂ ਕਿਹਾ ਵਿੱਚ ਵੀ ਅਸਲੀ ਹੋਣਾ, ਮੈਂ ਉੱਦਾਂ ਹੀ ਤੋਲਿਆ ਇੰਜ ਕਰਕੇ ਤਕੜੀ, ਅਤੇ ਤੁਹਾਨੂੰ ਮੈਂ ਪੈਸੇ ਦੇ ਤੇ ਬਣਾ ਕੇ। ਮੁੜ ਕੇ ਜਦੋਂ ਮੈਂ ਸ਼ਾਮ ਨੂੰ ਜਾ ਕੇ, ਮੈਂ ਕਿਹਾ ਚੱਲ ਜੋ 500-700 ਬਚੂਗਾ, ਜਦੋਂ ਮੈਂ ਖੋਲਿਆ ਜਾ ਕੇ ਤਾਂ ਉਲਟੇ ਮੈਨੂੰ ਪੈ ਗਏ, 2500 ਦੀ ਮੇਰੀ ਉਹਨਾਂ ਨੇ ਬਿੱਲੀ ਲਮਕਾਤੀ। ਇੱਦਾਂ ਦੇ ਲੋਕ ਵੀ ਆ ਜਾਂਦੇ ਆ, ਹਾਂ ਸਹੀ ਗੱਲ। ਅਤੇ ਤੁਹਾਡਾ ਨਹੀਂ ਕੋਈ ਪੱਖਾ ਪੁੱਖਾ ਖਰਾਬ ਹੋਇਆ? ਹੈ ਤੁਹਾਡਾ ਕੋਈ ਪੱਖਾ ਖਰਾਬ, ਕੋਈ ਮਸ਼ੀਨ ਖਰਾਬ, ਕੋਈ ਫਰਿੱਜ ਖਰਾਬ ਹੋਈ ਹੋਵੇ? ਨਹੀਂ ਕੋਈ ਚੀਜ਼ ਖਰਾਬ ਨਹੀਂ ਹੈ। ਅਸੀਂ ਫਰਿੱਜ ਨੂੰ ਵੀ ਸਮਝਾਇਆ ਵੀ ਕਿਸੇ ਨਾਲ ਬਾਤ ਘੱਟ ਗੱਲ ਨਹੀਂ ਕਰਨੀ, ਅਸੀਂ ਪੱਖੇ ਨੂੰ ਵੀ ਕਿਹਾ ਕੋਈ ਆਵੇ ਬਦਤਮੀਜ਼ੀ ਨਹੀਂ ਕਰਨੀ, ਕਿਸੇ ਨੂੰ ਗਾਲ ਨਹੀਂ ਕੱਢਣੀ। ਨਹੀਂ ਭਾਅ ਜੀ, ਠੀਕ ਹੈ ਨਹੀਂ, ਅਸੀਂ ਵਾਸ਼ਿੰਗ ਮਸ਼ੀਨ ਨੂੰ ਵੀ ਕਿਹਾ ਕਿ ਦੇਖ ਤੂੰ ਧੀ ਧਿਆਣੀ ਹੈ, ਤੂੰ ਬਾਹਰ ਨਾ ਆਵੀਂ, ਕੱਲ੍ਹ ਅਸੀਂ ਬੰਦਾ ਬੁਲਾਈਏ ਵੀ ਸਾਡੀ ਵਾਸ਼ਿੰਗ ਮਸ਼ੀਨ ਖਰਾਬ ਆ, ਅਤੇ ਅੱਛਾ ਨਹੀਂ ਲੱਗਦਾ ਭਾਅ ਜੀ। ਨਹੀਂ ਉਹ ਤਾਂ ਮੈਂ ਗੱਲ ਕਰਨ ਡਿਆ, ਨਹੀਂ ਸਾਰੇ ਖਰਾਬ ਹੀ ਤੁਸੀਂ ਕਿਹਾ, ਸਾਰਿਆਂ ਨੂੰ ਸਮਝਾਇਆ। ਜੇ ਤਾਂ ਕੋਈ ਮਸ਼ੀਨ ਮਸ਼ੂਨ ਖਰਾਬ ਅੰਦਰੋਂ ਹੋ ਜਾਂਦੀ, ਮਸ਼ੀਨ ਅੰਦਰੋਂ ਕਿਸ ਸਮਝਾਇਆ? ਉਹ ਪੁਰਜਾ ਭਾਅ ਜੀ ਖਰਾਬ ਹੋ ਜਾਵੇ ਕੁਛ ਹੈ ਉਹਦੀ ਗੱਲ, ਪੁਰਜਾ ਤਾਂ ਹੀ ਖਰਾਬ ਹੋਣਾ ਜੇ ਉਹਨੂੰ ਕਿਸੇ ਨੂੰ ਬੁਰਾ ਭਲਾ ਕਹਿਣਾ, ਕਹਿੰਦੇ ਨੇ ਉਹਨੇ ਤੇਰੇ ਦਿਮਾਗ ਦਾ ਪੁਰਜਾ ਖਰਾਬ ਹੋਇਆ ਲੱਗਦਾ। ਉਹ ਭਾਅ ਜੀ ਉਹਦੀ ਕੋਈ ਤਾਰ ਤੂਰ ਟੁੱਟ ਜਾ, ਮੈਂ ਉਹ ਕਹਿ ਰਿਹਾ ਵੀ ਜਦੋਂ ਤਾਰ ਕੋਈ ਨਹੀਂ ਭਾਅ ਜੀ, ਉਹ ਤਾਰ ਸਹੀ ਹੈ। ਆ ਗੇਟ ਵਾਲਾ ਘਰ ਆਪਣਾ ਵਾ, ਤੂੰ ਅੱਗ ਲਾਉਣੀ ਹੈ ਇਹਨੂੰ? ਨਹੀਂ ਮੈਂ ਵੈਸੇ ਪੁੱਛ ਰਿਹਾ, ਨਹੀਂ ਦਾਦੂ ਲੂਣਾ ਆਇਆ ਹੈ? ਨਹੀਂ ਮੈਂ ਵੈਸੇ ਪੁੱਛ ਰਿਹਾ, ਜਦੋਂ ਅਸੀਂ ਆਪਣੇ ਦਰਵਾਜ਼ੇ ਅੱਗੇ ਬੈਠੇ ਹਾਂ ਅਤੇ ਆਪਣਾ ਹੀ ਹੋਇਆ, ਨਹੀਂ ਦਰਵਾਜ਼ਾ ਤੁਸੀਂ ਸੁਣਿਆ ਵੀ ਕਿਸੇ ਨੇ ਦਰਵਾਜ਼ੇ ਅੱਗੇ ਬੈਠੇ? ਭਾਅ ਜੀ ਦਰਵਾਜ਼ਾ ਤਾਂ ਆ ਵੀ, ਇਹ ਵੱਡੇ ਭਾਈ ਦੀ ਰਿਹਾਇਸ਼ ਹੈ। ਅੱਛਾ ਉਹ ਆਪਣੀ ਰਿਹਾਇਸ਼? ਇਹ ਮੇਰੀ ਰਿਹਾਇਸ਼, ਲੋਹੇ ਦੇ ਗੇਟ ਵਾਲੀ। ਆਹੋ, ਇਹ ਗੱਤੇ ਦਾ ਗੇਟ ਆ।
ਅਭੀ ਤਾਂ ਲੋਹੇ ਦਾ ਗੇਟ ਆ। ਮੈਂ ਤਾਂ ਕਹਿਣਾ ਵੀ ਉਹ ਗੇਟ ਗਲਣ ਡਿਆ ਤੇ ਉਹ ਹੀ ਵੇਚ ਦਿਓ ਲਾ ਕੇ ਲੈ। ਉਹ ਦੇਖੋ ਥੱਲੇ ਆ ਗੇਟ ਜਾਂ ਤੁਸੀਂ ਇਹਨੂੰ ਗੇਟ ਦੇ ਦੇ ਸਾਡੇ ਦਰਵਾਜ਼ੇ ਕੇ ਬੋਰੀ ਟੰਗ ਦੇ। ਆ ਭਾਈ ਬੋਰੀ ਨਾਲ ਸੇਕ ਵੀ ਅੰਦਰ ਘੱਟ ਜਾਊਗਾ, ਉਹ ਠੰਡੀ ਹੁੰਦੀ ਹੈ ਬੋਰੀ। ਸਹੀ ਤੈਨੂੰ ਕਿਸੇ ਨੇ ਤਾਂਬਾ ਦਿੱਤਾ ਹੋਇਆ, ਸਹੀ ਤਾਂਬਾ ਦਿੱਤਾ ਹੋਇਆ, ਤੂੰ ਇਸ ਕਾਬਲ ਆ, ਤੈਨੂੰ ਤਾਂਬਾ ਦਿੱਤਾ ਜਾ। ਭਾਈ ਜੀ ਮੇਰੀ ਸਲਾਹ, ਮੈਂ ਤਾਂ ਤੇਰੀ ਸਮਝ 'ਚ ਹੀ ਗੱਲ ਨਹੀਂ ਆਉਣ ਡਈ। ਮੈਂ ਕਹਿਣ ਡਿਆ ਵੀ ਸਾਡੇ ਕੋਈ ਚੀਜ਼ ਨਹੀਂ, ਤੂੰ ਅੱਗੋਂ ਕਹੀ ਨਾ ਆਹ ਲੈ ਆਹ ਲੈ ਆਹ ਲੈ, ਜਿੰਨਾ ਕੁਝ ਤੂੰ ਮੇਰੇ ਕੋਲ ਮੰਗਣ ਡੇ ਆਇਆ, ਮੈਂ ਤਾਂ ਦੁਬਾਰਾ ਵਸਣ ਵਾਲਾ ਹੋ ਜਾਣਾ। ਸ਼ਾਇਦ ਕੋਈ ਵੀ ਨਹੀਂ ਅਖਬਾਰ ਹੈ ਜੀ, ਸ਼ਾਇਦ ਹੁਣ ਬੰਦੂਕ ਲਾਇਆ ਮੈਂ ਤੇਰੇ ਵਾਸਤੇ ਚੁੱਪੇ ਸਾਰੀ ਗਲੀ, ਤੇਰੇ ਮੈਂ ਮਾਰਾਂ ਇੱਥੇ ਫੈਰ ਤਾਂ ਤੈਨੂੰ ਸਿੱਟ ਦੇਵਾਂ ਵੀ ਆਹ ਲਾ ਵੀ। ਨਹੀਂ ਤਾਂ ਗਲੀ 'ਤੇ ਸਰਮਾਏਦਾਰ ਅਖਬਾਰ ਪੜ੍ਹਦੇ ਤੁਹਾਡੇ ਕੋਲ, ਕਹਿੰਦੇ ਘਰ ਕੱਖ ਵੀ ਨਹੀਂ ਤਾਂ ਬਾਹਰ ਚੌਂਕੜੀ ਮਾਰੀ, ਹੋਰ ਸਾਰਾ ਘਰ ਵੇਚ ਦੇਵਾਂ। ਅਤੇ ਅਸੀਂ ਗਲੀ 'ਚ ਫਿਰਦੇ ਹਾਂ, ਅਸੀਂ ਐਵੇਂ ਫਿਰਨ ਡਏ, ਐਵੇਂ ਫਿਰਨ ਡਏ, ਕੋਈ ਸ਼ਾਇਆ ਕਰੋ ਖਰਾਬ। ਪੈ ਕਿੰਨੇ ਤੇਰੇ ਕੋਲ ਜੇਬ ਦੇ? ਮੇਰੇ ਕੋਲ ਹੈਗਾ 3700 ਰੁਪਈਆ। 3700 ਸਾਰਾ ਘਰ ਮੈਂ ਦੇ ਦੇਵਾਂ, ਫਰਿੱਜ ਵੀ ਤੈਨੂੰ ਦੇ ਦੇਵਾਂ, ਏਸੀ ਵੀ ਲਾ ਕੇ ਤੈਨੂੰ ਦੇ ਦੇਵਾਂ, ਹੈ ਕਿਉਂਕਿ 3700 ਜਿਹੜਾ ਨਾ ਉਹ ਅਗਲੇ ਮੰਗਲ ਤੱਕ ਵੀ ਖਤਮ ਨਹੀਂ ਹੋਣਾ, ਭਾਵੇਂ ਗਿਣੀ ਜਾਓ ਇਹਨੂੰ ਦਿਨ ਰਾਤ। ਏਸੀ ਘਰ ਲੱਗਾ ਏਸੀ ਘਰ ਲੱਗਾ, ਏਸੀ ਕੀ ਲੱਗਾ ਹੈ ਅਤੇ ਬਾਹਰ ਤੁਹਾਨੂੰ ਕੱਢਤਾ ਕਰਦੇ ਨੇ, ਕੀ ਗੱਲ? ਉਹ ਵੀਰ ਮੇਰੇ ਆ, ਤੋਤੀ ਮੇਰਾ ਯਾਰ ਆ ਬਚਪਨ ਦਾ, ਇਹ ਆ ਕੇ ਬੈਠਾ ਆ, ਇਹਦੇ ਨਾਲ ਜ਼ਰਾ ਵੈਸੇ ਗੱਪ ਸ਼ੱਪ ਲਾ ਰਹੇ ਹਾਂ, ਸਾਰੀ ਰਾਤ ਏਸੀ 'ਚ ਰਹੀਦਾ, ਦਿਨੇ ਵੀ ਰਹੀ ਸੀ, ਥੋੜ੍ਹਾ ਜਿਹਾ ਜ਼ਰਾ ਬਾਹਰ ਦੀ ਆਬੋ ਹਵਾ ਲੈਣੀ ਚਾਹੀਦੀ ਹੈ। ਅਤੇ ਇਹਨੂੰ ਏਸੀ 'ਚ ਪਾਓ, ਇਹਨੂੰ ਏਸੀ 'ਚ ਗਸ਼ ਪਾਈ ਜਾਂਦੀ ਹੈ, ਇਹਨੂੰ ਵੀ ਅੰਦਰ ਬਾਹਲ ਲਓ ਕਿਤੇ, ਝੁੱਗਾ ਕਰਨ ਡਿਆ ਸਾਨੂੰ। ਤੂੰ ਬੋਲਦਾ ਭਰਾਵਾ ਕਿੱਦਾਂ? ਭਾਅ ਜੀ ਤੁਸੀਂ ਲਾਓ ਗੱਪ ਸ਼ੱਪ, ਅਸੀਂ ਮਜ਼ਦੂਰ ਆਦਮੀ, ਅਸੀਂ ਮਜ਼ਦੂਰੀ ਕਰਦੇ ਹਾਂ। ਜਾ ਵੀ ਲੈ ਕੇ ਜਾ ਮੇਰਾ ਵੀਰ, ਪਾਣੀ ਪੀ ਮੇਰਾ ਵੀਰ, ਉੱਠ ਮਾੜਾ ਬੰਦਾ। ਤੁਹਾਡੀ ਮਿਹਰਬਾਨੀ, ਤੁਸੀਂ ਪਾਣੀ ਪਿਲਾਤਾ। ਖਾਣਾ ਪੀਣਾ ਕੀ ਹੈ ਤੂੰ? ਭਾਅ ਜੀ ਤੁਸੀਂ ਪੁੱਛ ਲਿਆ ਵਾ, ਮੇਰੇ ਵਾਸਤੇ ਇਹੀ ਸਭ ਕੁਛ ਹੈ। ਨਹੀਂ ਦੱਸ, ਰੋਟੀ ਖਵਾਵਾਂ ਕਿ ਨਾਸ਼ਤਾ ਨੁਸ਼ਤਾ ਕੀਤਾ? ਨਾਸ਼ਤਾ ਕੁਛ ਪਾਏ ਪਏ ਛੋਟੇ ਕੋਲ ਨਾਸ਼ਤੇ ਵਾਸਤੇ। ਤੂੰ ਮੇਰੇ ਕੋਲ ਆਇਆ ਜਾਂ ਭੋਲੀ ਕੋਲ ਆਇਆ ਹੈ? ਨਹੀਂ ਕੋਈ ਇੱਕ ਪਿਆਲਾ ਭੋਲੀ ਪਾਵੇ ਵਾਲੇ ਕੋਲ ਆਇਆ, ਤੂੰ ਸਮਨਾਬਾਦ ਆਇਆ, ਘਰੋਗ ਨਹੀਂ ਨਾਨ ਤਿਲਾਂ ਵਾਲੇ, ਕੋਈ ਇੱਕ ਪਿਆਲਾ ਸ਼ੋਰਬੇ ਦਾ ਮੰਗਾ ਲਾ ਫਿਰ ਭਾ। ਸ਼ੋਰਬੇ ਦਾ ਦਾੜ ਕਢਾਈ ਹੈ ਤੂੰ? ਨਹੀਂ ਬਸ ਉਹ ਪੁੱਛਿਆ। ਨਹੀਂ ਦੱਸ ਦੇ ਵੀ ਤੈਨੂੰ ਹਸਪਤਾਲੋਂ ਲੈ ਕੇ ਆਏ, ਉਹਨਾਂ ਨੇ ਕਿਹਾ ਵੀ ਸਖ਼ਤ ਸਾਲੋ ਨਹੀਂ ਤੈਨੂੰ ਖਿਲਾਉਣਾ। ਭਾ ਤੂੰ ਆਪ ਪੱਕਾ ਹੋਇਆ, ਤੈਨੂੰ ਉਹ ਹੀ ਖਵਾਉਣਾ, ਤੈਨੂੰ ਮੈਂ ਸ਼ੋਰਬਾ ਕਿੱਥੋਂ ਖਿਲਾ ਦੇਵਾਂ? ਹੁਣ ਮੈਨੂੰ ਕੀ ਪਤਾ ਤੁਸੀਂ ਬੋਧ ਵਾਲੇ ਦਿਨ ਦਲੀਆ ਖਾਂਦੇ ਹੋ? ਅਤੇ ਦਲੀਆ ਖੁਰਾਕ ਨਹੀਂ? ਨਹੀਂ ਉਹ ਖੁਰਾਕ ਚਿੜੀਆਂ ਦੀ ਹੈ, ਤੁਸੀਂ ਖਾਣ ਡੇ? ਲੈ ਚਿੜੀਆਂ ਦੀ ਹੈ, ਜਾ ਮੇਰਾ ਵੀਰ ਫਿਰ ਘਰੋਂ ਹੀ ਖਾ ਜਾ ਕੇ। ਪੁੱਛਿਆ ਤਾਂ ਐਂ ਸੀ ਮੈਨੂੰ, ਜਿੱਦਾਂ 7 ਡਿਸ਼ਾਂ ਅੰਦਰ ਤਿਆਰ ਆ ਅਤੇ ਅੰਦਰ ਕੱਖ ਵੀ ਨਹੀਂ। ਵਾਹ 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 ਯਾਰ, ਸੁਬਾ ਸੁਬਾ ਸਲਾਈਸ ਆਂਡੇ ਵਗੈਰਾ ਚਾਏ ਹੁੰਦੀ, ਹੋਰ ਕੀ ਹੈ? ਚਲੋ ਦੇਸੀ ਆਂਡੇ 2 ਬਾਲ ਲਓ ਨਾਲ। ਦੇਸੀ ਆਂਡੇ ਕੀ ਗੱਲ ਕੀ ਹੈ ਤੈਨੂੰ? ਠੰਡ ਲੱਗੀ ਹੈ ਵੀ ਐਂ ਕਰਨ ਡਿਆ ਸਾਡੇ ਕੋਲ ਬੈਠਾ? ਦੇਸੀ ਆਂਡੇ ਕਿੱਥੋਂ ਲੈ ਆਈਏ, ਸਾਨੂੰ ਤਾਂ ਬਲੈਤੀ ਨਹੀਂ ਮਿਲਣ ਲੈ। ਇਹ ਕੀ ਗੱਲ ਕਿ ਦੇਸੀ ਮੁਰਗੀਆਂ ਨੂੰ ਕੋਈ ਜ਼ਹਿਰ ਦੇ ਦਿੱਤਾ ਕਿਸੇ ਨੇ ਵੀ ਉਹ ਆਂਡੇ ਦੇਣੇ ਬੰਦ ਕਰਤੇ ਉਹਨੂੰ? ਚਲੋ ਉੱਠੋ ਮੇਰਾ ਵੀਰ, ਜਾਓ ਉੱਠੋ ਜੀ। ਪੁੱਛਿਆ ਤਾਂ ਹਾਂਜੀ, ਸਾਡਾ ਹੌਸਲਾ ਵਧਾ ਕੇ ਅੰਦਰੋਂ ਗੱਲ ਕੱਖ ਵੀ ਨਹੀਂ ਤੇ ਅੰਦਰ ਵਿਆਹ ਕਰੋ, ਐਵੇਂ ਪੁੱਛੀ ਜਾਂਦੇ ਕੀ ਖਾਣਾ ਕੀ ਪੀਣਾ ਸਾਡੇ ਬਹਿਣ ਦੇ ਕਾਹਦਾ ਇਤਰਾਜ਼ ਕਰਨ ਡਿਆ? ਉਹ ਤੂੰ ਭਰਾਵਾ ਇੱਥੇ ਬੈਠਾ ਕਿਤੇ ਤਾਰ ਤੇ ਬਹਿ, ਚਲੋ ਕੀ ਕਰਨ ਡਿਆ? ਜਾ ਮੇਰੇ ਵੀਰ ਵਾਪਰ ਮੇਰੀ ਰਾ, ਮੇਰਾ ਭਰਾ ਗਰਮੀ ਬਹੁਤ ਤੇ ਫੇਰ ਹੀ ਲਾਉਣ ਦੇ ਦਗਦੇ ਵੇ ਨਿਕਲ ਜਾ। ਤੁਸੀਂ ਵੀ ਗਲੀ 'ਚ ਬਾਬਾ ਇੱਕ ਹੋਰ ਮੇਜ਼ ਲਾਓ, ਗਲੀ ਬੰਦ ਕਰੋ, ਅੱਲਾ ਖੈਰ ਕਰੇ ਤੁਹਾਡੀ। ਉਹ ਯਾਰ ਤੈਨੂੰ ਪਾਣੀ ਪਿਲਾਇਆ, ਤੂੰ ਕਿੱਡਾ ਬਦੀਦ ਆਦਮੀ ਹੈ ਯਾਰ। ਪਾਣੀ ਮੈਨੂੰ ਬੜਾ ਕਿਤੇ ਚਸ਼ਮੇ ਦਾ ਪਿਲਾਤਾ, ਅੰਦਰੋਂ ਜੱਗ ਭਰਿਆ ਵਾ, ਉਹ ਵੀ ਪਤਾ ਨਹੀਂ ਪਿਛਲੇ ਹਫ਼ਤੇ ਦੀ ਕੈਨ ਮੰਗਾਈ ਹੋਣੀ, 20 ਰੁਪਏ ਦੀ ਐਡੀ ਸਾਰੀ। ਚਲੋ ਜਾਓ, ਚੱਲੇ ਹਾਂ ਅਸੀਂ। ਜਾ ਮਾੜੇ ਬੰਦੇ ਦਾ ਖਿਆਲ ਕਰ ਲਓ, ਸਿਲਵਰ ਪਿੱਤਲ ਵੇਚ ਲਓ। ਓਏ ਤੈਨੂੰ ਸੁਣਿਆ ਨਹੀਂ? ਓਏ ਤੈਨੂੰ ਸੁਣਿਆ ਨਹੀਂ? ਸਿਲਵਰ ਪਿੱਤਲ ਵੇਚ ਲਓ, ਪੁਰਾਣੀਆਂ ਮਸ਼ੀਨਾਂ ਵੇਚ ਲਓ। ਚੱਲ ਨਿਕਲ ਜਾ, ਸੁੱਕੀਆਂ ਰੋਟੀਆਂ ਵੇਚ ਲਓ, ਇਹਨੂੰ ਪਰੇ ਕਰ। ਲੈ ਆ ਸਾਈਕਲ ਲਈ ਫਿਰਦੇ ਆ, ਸਾਈਕਲ 'ਚ ਆਵਾਜ਼ ਨਹੀਂ ਹੈਗੀ, ਪਤਾ ਨਹੀਂ
22 ਸਾਲ ਤੋਂ ਪੈਂਚਰ ਹੋਇਆ ਹੈ। ਉਹ ਭਾਜੀ ਉਹ ਮੈਂ ਹਵਾ ਇਸ ਲਈ ਨਹੀਂ ਭਰਾਉਂਦਾ, ਮੰਗਣ ਵਾਲੇ ਬਹੁਤ ਆ, ਆ ਤੁਹਾਡੇ ਵਰਗੇ ਦੋਸਤ ਮੰਗ ਲੈਂਦੇ ਵੀ ਦਿਓ, ਮੈਂ ਇੱਕ ਗੇੜਾ ਕੱਢ ਕੇ ਆਇਆ, ਇਹ 'ਚ ਹਵਾ ਨਹੀਂ ਹੁੰਦੀ, ਮੈਂ ਕਹਿ ਦਿੰਦਾ ਭਾਈ ਪੈਂਚਰ ਹੋਇਆ, ਗੱਲ ਸਮਝਦੇ ਆ, ਜਾ ਲੈ ਜਾ। ਆ ਗਰੀਬ ਆਦਮੀ ਆ ਤੁਸੀਂ ਦੇਖੋ ਅਗਲੇ ਟਾਇਰ ਦਾ ਵੀ ਹਾਲ ਦੇਖੋ, ਆਹ ਦੇਖੋ ਆਹ ਦੇਖੋ ਅਗਲੇ ਟਾਇਰ ਦਾ ਵੀ ਆਹ ਹਾਲ, ਆਹ ਵੇਖੋ ਜਰਾ ਗੌਰ ਨਾਲ ਹਵਾ ਘਟੀ ਹੈ, ਬੜੇ ਪਿੱਛੇ ਕਰ, ਆਹ ਵੇਖੋ ਆਹ ਦੇਖੋ ਆਹ ਤਾਰਾਂ ਵੀ ਟੁੱਟੀਆਂ ਦੀਆਂ ਅਗਲੀਆਂ ਦੋ ਤਾਰਾਂ ਬੜੀਆਂ ਤੇਰੀਆਂ ਇੱਥੇ, ਤੁਹਾਨੂੰ ਕਨੈਕਸ਼ਨ ਦਿੱਤਾ ਆਇਆ ਤੂੰ ਵੀ ਅੱਜ ਭਾਜੀ, ਆਹ ਪੈਡਲ ਵੀ ਟੁੱਟਾ ਦੇਖੋ ਜਰਾ ਗੌਰ ਨਾਲ, ਉਹ ਇਹਨੂੰ ਮਿਸਤਰੀ ਦੇ ਲਿਜਾ, ਅਸੀਂ ਮਿਸਤਰੀ ਆ ਭਰਾਵਾ, ਇਹਨੂੰ ਉੱਥੇ ਲਿਜਾ, ਉੱਥੇ ਜਿਹੜੀ ਚੀਜ਼ ਜਿਹੜੀ ਟੁੱਟੀ ਆ ਪਵਾ ਜਾ ਭਾਜੀ, ਕੋਈ ਦਿਹਾੜੀ ਲੱਗੂਗੀ ਤਾਂ ਲਿਜਾਵਾਂਗੇ ਮਿਸਤਰੀ, ਦਿਹਾੜੀ ਹੁਣ ਮੈਂ ਤੈਨੂੰ ਦੱਸਦੇ ਮਕਾਨ ਢਾਰ ਮੈਂ ਤੇਰੀ ਖਾਤਰ ਵੀ ਉੱਠ ਕੇ ਬਣਾਉਣ ਲੱਗ ਪਵੇ, ਦਿਹਾੜੀ ਤੈਨੂੰ ਕਿੱਥੇ ਲਵਾ ਦਈਏ ਤੇਰੀ ਦਿਹਾੜੀ, ਅੱਲਾ ਨੇ ਤੁਹਾਨੂੰ ਇੰਨਾ ਦਿੱਤਾ, ਇੰਨਾ ਦਿੱਤਾ ਖੋਲਾ, ਹੁਣ ਅਸੀਂ ਬਾਹਰ ਬੈਠੇ ਹਾਂ ਜਾਂ ਅੰਦਰ ਖੋਲਿਆ, ਜੋ ਜੋ ਹੈਗਾ ਲੈ ਆ, ਕੌਣ ਅੰਦਰ, ਮੈਂ ਤੇਰੇ ਉੱਠ ਕੇ ਇੱਦਾਂ ਨਹੀਂ ਝੰਡ ਮਾਰਨੀ ਹੈ, ਤੇਰੇ ਚਾਰੋਂ ਤਬਕ ਰੋਸ਼ਨ ਕਰ ਦੇਣੇ ਮੈਂ, ਆਹ ਦੇਖੋ ਕਾਠੀ ਵੀ ਭਾਜੀ, ਕਾਠੀ ਤੂੰ ਇਹ ਤਾਂ ਬੜਾ ਅਸੈਂਬਲੀ ਦੀ ਕੁਰਸੀ ਹੈ ਜਿੱਥੇ ਬਹਿਣਾ ਹੈ, ਜਾ ਮੇਰੇ ਵੀਰ ਵੈਲਡ ਵਾਲਾ 210 ਮੰਗੀ, ਜਾ ਲੈ ਜਾ ਯਾਰ, ਜਾ ਲੈ ਜਾ, ਮੈਂ ਜਾਵਾਂ ਹੁਣ ਫਿਰ, ਆਹੋ ਜਾ, ਕੋਈ ਸ਼ਾਹ ਨਹੀਂ ਘਰ ਵੇਚਣ ਵਾਲੀ, ਯਾਰ ਕਿਹੋ ਜਿਹਾ ਬੰਦਾ ਹੈ, ਇਹ ਮੈਂ ਪੁੱਛਿਆ, ਕੋਈ ਪੁਰਾਣੇ ਭਾਂਡੇ ਪਏ ਹੁਣ ਘਰ, ਭਾਈ ਜਾ ਯਾਰ ਗਰਮੀ ਬੜੀ, ਜਾ ਕੋ, ਮੈਂ ਦੱਸਿਆ ਕੋਈ ਸ਼ਾਹ ਵੇਚਣ ਵਾਲੀ ਹੋਵੇ, ਕੋ ਪੁਰਾਣਾ ਆ ਲੈ ਜਾ, ਪੁਰਾਣਾ ਹੈ ਜੱਗ ਲੈ ਜਾ, ਲੈ ਜਾ, ਓਏ ਹਟਦਾ ਨਹੀਂ ਅੱਗੋ, ਓਏ ਅੱਗੋ ਢੇਠਾ ਨਹੀਂ ਹੁੰਦਾ, ਕੈਸਾ ਬੰਦਾ ਹੈ, ਪਤਾ ਨਹੀਂ ਇਹਦੇ ਸ਼ਰਮਿੰਦਾ ਹੋਣ ਵਾਲੀ ਨਾੜ ਕੱਟੀ, ਭਾਜੀ ਗਾਂ ਤੋਂ ਮੈਂ ਇਸ ਗਲੀ 'ਚ ਨਹੀਂ ਆਉਣਾ, ਤੂੰ ਆਉਣਾ ਹੀ ਨਹੀਂ ਜ਼ਿੰਦਗੀ 'ਚ, ਮੈਂ ਨਹੀਂ ਆਉਣਾ ਗਲੀ, ਇਸ ਤਾਂ ਮੈਂ ਕੁੱਤਾ ਖੋਲ ਦੇਣਾ ਅੰਦਰੋਂ, ਉਹ ਨਾਲ ਖੁੱਲ੍ਹਾ ਤਾਂ ਬੈਠਾ, ਕੁੱਤਾ ਨਾ ਖੋਲਿਓ ਭਾਜੀ ਤੁਸੀਂ, ਤੁਹਾਡੀ ਮਿਹਰਬਾਨੀ, ਜਾ ਮੇਰਾ ਵੀਰ ਲੈ ਜਾ, ਮੈਂ ਜਾਵਾਂ ਹੁਣ ਫਿਰ, ਤੈਨੂੰ ਸੁਣਦਾ ਨਹੀਂ ਹੈਗਾ, ਪਤਾ ਤੁਸੀਂ ਕੀ ਕਰੋ, ਮੈਨੂੰ ਸਿਰਫ ਬੋਹੜੀ ਕਰਾ ਦਿਓ, ਇੱਕ ਪੱਖਾ ਛੱਤ ਵਾਲਾ ਭਾਵਾਂ ਦੇ ਦਿਓ, ਭਾਵਾਂ ਪਡਿਸਟਲ ਦੇ ਦਿਓ, ਕੋਈ ਸ਼ਾਇਦ ਯਾਰ ਪੱਖਾ ਚੰਗਾ ਭਲਾ ਚੱਲਣ ਡਿਆ ਤਾਂ ਕਹਿੰਦਾ ਮੈਨੂੰ ਪੱਖਾ ਦੇ ਦਿਓ, ਮੈਂ ਇਹਨੂੰ ਪੱਖਾ ਕਿੱਥੋਂ ਦੇ ਦੂੰਗਾ, ਭਾਜੀ ਬੰਦ ਕਰਕੇ ਦੇ ਦਿਓ, ਚੱਲਦਾ ਪੱਖਾ ਨਾ ਦਿਓ, ਭਾਵਾਂ ਜਾ ਯਾਰ ਚੱਲ ਜਾ, ਦਿਮਾਗ ਨਾ ਖਾ, ਤੇਰੀ ਮਿਹਰਬਾਨੀ ਜੇ ਚਲੇ ਜਾ, ਭਾਜੀ ਛੋਟੇ ਛੋਟੇ ਬੱਚੇ ਨਾਸ਼ਤਾ ਵੀ ਨਹੀਂ ਕੀਤਾ, ਸਾਰਿਆਂ ਨੇ ਛੋਟੇ ਛੋਟੇ ਹੁੰਦੇ ਬੱਚੇ, ਬੱਚੇ ਕਦੀ ਸੁਣਿਆ ਵੀ 6-6 ਫੁੱਟ ਦੇ ਬੱਚੇ ਆ, ਵੀ ਜੰਮਦੇ ਬੱਚੇ 9-9 ਫੁੱਟ ਦੇ ਆ, ਬੱਚੇ ਹੁੰਦੇ ਛੋਟੇ ਛੋਟੇ ਆ, ਤੁਹਾਡੇ ਤੇ ਏਸੀ 'ਚ ਸੁੱਤੇ ਆ ਭਾਜੀ, ਸਾਡੇ ਕੋਲ ਹੱਥ ਵਾਲਾ ਪੱਖਾ ਵੀ ਹੈ ਨਹੀਂ, ਇਸ ਲਈ ਕਹਿਣਾ ਤੁਹਾਡੇ ਕੋਲ ਛੱਤ ਵਾਲਾ ਪੱਖਾ ਵੀ ਤਾਂ ਲੈ ਆਓ, ਗੱਲ ਮਾੜਾ ਬੰਦਾ, ਚਲੋ ਭਾਜੀ ਉਹ ਪੈਸੇ ਕੋਈ ਨਹੀਂ, ਖਾ ਮਾੜਾ ਬੰਦੇ ਯਾਰ, ਮਾੜੇ ਬੰਦਿਆਂ ਨੇ ਖੁਪਾਇਆ ਪਿਆ, ਮੈਂ ਨਹੀਂ ਆਉਣਾ ਇਸ ਗਲੀ 'ਚ ਮੁੜ ਕੇ, ਹਲ ਪੜ ਚੱਲ ਜਾ, ਐਸ਼ ਕਰ, ਹੈਂ ਐਸ਼ ਕਰ, ਜਾ ਜਾ ਕੀ ਯਾਦ ਕਰੇਗਾ, ਆ 50 ਰੁਪਈਆਂ 'ਚ ਐਸ਼ ਕਰਾਂ ਮੈਂ, ਇਹ ਬੱਚੇ ਨੂੰ ਮਰੀ ਲਾਜਮਾਂ ਮੈਂ 50 ਰੁਪਈਏ 'ਚ, ਨਾਲ ਮੈਂ ਕਹਿੰਦਾ 10 ਦਿਨ ਉਹਨਾਂ ਨੂੰ ਕਢਾਉਣੇ ਉਹਨਾਂ ਹੋਟਲ 'ਚ, ਤੈਨੂੰ ਪੈਸੇ ਦੇ ਤੇ ਹੁਣ ਜਾ ਜਾ ਕੇ ਐਸ਼ ਕਰ, ਨਹੀਂ ਕਿਤੇ ਮੈਨੂੰ 5000 ਵਾਲੀ ਕਾਪੀ ਦੇ ਦਿੱਤੀ ਆ, ਰੁਪਈਏ 50 ਦਿੱਤੇ, ਇਹਦੇ ਨਾਲ ਛੱਤ ਬਦਲਵਾ ਲਵਾਂ ਆਪਣੀ ਮੈਂ, ਤੈਨੂੰ 50 ਦੇ ਤੇ ਹੋਰ ਤੂੰ ਕੀ ਲੈਣਾ, ਨਹੀਂ ਗਲੀ ਪੱਕੀ ਕਰਾ ਦੇਵਾਂ 50 ਦੇ ਨਾਲ, ਆ 50 ਦਾ ਆਉਂਦਾ ਕੀ ਆ, 50 ਤਾਂ ਮੈਨੂੰ ਇੰਝ ਦਿੱਤੇ ਵੀ ਜਿੱਦਾਂ 50 ਤੋਲੇ ਸੋਨਾ ਦੇ ਦਿੱਤਾ ਮੈਨੂੰ, ਜਾ ਐਸ਼ ਕਰ ਮੇਰਾ ਪੁੱਤ, ਨਹੀਂ ਫਰਨੀਚਰ ਮੰਗਾ ਲਾਂ ਕਿਸੇ 25 ਵਾਸਤੇ, ਆ ਮਹੱਲੇ ਦੀ ਜਿਹੜੀ ਬੇਵਾ ਔਰਤ ਉਹਨਾਂ ਨੂੰ ਮਸ਼ੀਨਾਂ ਲੈ ਦੇਣਾ, ਇਹਦੇ ਵਿੱਚ ਦੋ ਦੋ ਹੈ, ਬਕਾਇਆ ਪੈਸੇ ਤੈਨੂੰ ਮੈਂ ਮੋੜ ਜਾਂਦਾ, ਯਾਰ ਕਿਹੋ ਜਿਹਾ ਬੰਦਾ ਆ ਵੀ ਇਹ, ਤੈਨੂੰ 50 ਦੇ ਦਿੱਤੇ ਆ, ਜਾ ਹੁਣ ਐਸ਼ ਕਰ, ਤੈਨੂੰ ਕਹਿਣ ਡੇ, ਮੈਂ ਮਹੱਲੇ 'ਚ ਐਲਾਨ ਕਰਾਉਣਾ ਤੁਹਾਡਾ ਨਾਂ ਕੀ ਆ, ਕੀ ਨਾਂ ਤੁਹਾਡਾ, ਚੌਰੀ ਜਮੀਲ, ਆਹੋ ਮੈਂ ਐਲਾਨ ਕਰਾਉਣਾ ਮਸੀਤੇ ਵੀ, ਚੌਰੀ ਜਮੀਲ ਨੇ 50 ਰੁਪਈਏ ਦਿੱਤੇ ਆ, ਹਰ ਐਤਵਾਰ ਮੇਰੇ ਨਾਲ ਤੁਸੀਂ ਸੁਬਹਾ ਦਾ ਨਾਸ਼ਤਾ ਕਰਿਆ ਕਰਨਾ, ਨਾਲ ਜਿਹੜਾ ਇਲਾਕੇ 'ਚ 100 ਘਰ ਨਾ ਗਰੀਬ, ਉਹਨਾਂ ਨੂੰ ਮੈਂ ਰਾਸ਼ਨ ਦਾ ਵੀ ਐਲਾਨ ਕਰਦਾ ਵੀ ਚੌਰੀ ਨੇ ਮੈਨੂੰ 50 ਰੁਪਈਏ ਦਿੱਤੇ ਤਾਂ ਰਾਸ਼ਨ ਮੈਂ ਦਿਆ ਕਰਨਾ, ਯਾਰ ਕਿਹੋ ਜਿਹਾ ਬੰਦਾ ਆ ਵੇਖ ਤਾਂ ਸਹੀ, ਉਹ ਤੁਸੀਂ ਵੀ ਤਾਂ ਰੁਪਈਏ 50 ਦੇਣ ਡੇ, ਤੈਨੂੰ ਪਤਾ ਨਹੀਂ ਹੈਗਾ 50ਵਾਂ ਦਾ ਆਉਂਦਾ ਕੀ, ਭਾਜੀ ਮੈਨੂੰ ਪਤਾ ਵਾ ਜਾਂਗੀ ਤਰੀਨ ਨੇ ਵੀ 50 ਤੜਾ ਕੇ ਦੋ ਹੈਲੀਕਾਪਟਰ ਲਏ ਸੀ, ਤਾਂ ਆਇਆ ਮੇਰਾ ਸੀ ਕਹਿੰਦਾ ਵੀ ਮੈਂ ਉਮਰੇ 'ਤੇ ਜਾਣਾ, ਉਹ ਵੀ ਮੈਂ ਭੇਜ ਦੇਣਾ 50 ਦੇ ਵਿੱਚੋਂ ਹੀ, ਹੈਂ
ਇੱਕ ਮੇਰਾ ਚਾਚਾ ਉਹਦੀ ਸ਼ੂਗਰ ਨਾਲ ਲੱਤ ਕੱਟੀ ਗਈ, ਉਹਦਾ ਇਲਾਜ ਕਰਾ ਦੇਣਾ ਮੈਂ 50 ਦੇ ਵਿੱਚੋਂ ਹੀ। ਡਾਕਟਰ ਕਹਿੰਦੇ ਇਹਨੂੰ ਮੁਲਕੋਂ ਬਾਹਰ ਲਿਜਾਣਾ ਪੈਣਾ। ਮੈਂ ਕਿਹਾ ਕੋਈ ਨਹੀਂ, ਆ ਤੁਸੀਂ ਪੈਸੇ ਦੇਤੇ ਆ, ਤੁਹਾਨੂੰ ਦਵਾਵਾਂ ਦਊਗਾ। ਯਾਰ ਕਿਹੋ ਜਿਹਾ ਬੰਦਾ ਤੋ ਉਲਟਾ ਸਾਨੂੰ ਬਿਜ਼ਤ ਕਰੀ ਜਾਣ ਡਿਆ, ਪਜਾਮਾ ਦੀ ਕਦਰ ਤਾਂ ਪੁੱਛ ਕਿਸੇ ਨੂੰ ਜਾ ਕੇ। ਭਾਅ ਜੀ ਮੈਂ ਉਹੀ ਤਾਂ ਦੱਸਣ ਡਿਆ, ਮੈਨੂੰ ਕਦਰ ਦਾ ਪਤਾ ਭਾਅ ਜੀ। ਸਾਡੇ ਇਲਾਕੇ 'ਚ ਵੈਗਨਾਂ ਨਹੀਂ ਸੀ ਚੱਲਦੀਆਂ, ਮੈਂ 2 ਵੈਗਨਾਂ ਪਾ ਦੇਣੀਆਂ ਇਹਦੇ ਪਿੱਛੋਂ ਆ ਤੜਾ ਕੇ। ਉਹ ਬੱਚੇ ਸੀ ਸਕੂਲ ਪੈਦਲ ਜਾਂਦੇ ਸੀ ਗਰਮੀ 'ਚ, ਉਹ ਸਟਾਫ 'ਤੇ ਮੈਂ ਕਹਿੰਦਾ 2 ਵੈਗਨਾਂ ਲਾਓ ਤੁਸੀਂ। ਜਿਹੜਾ ਇਲਾਕੇ ਦਾ ਛੱਪੜ ਸੀ ਜਿਹ 'ਚ ਬੋ ਆਉਂਦੀ ਸੀ ਉਹ ਮੈਂ ਬੰਦ ਕਰਾ ਦੇਣਾ, 400 ਟਰਾਲੀ ਮਿੱਟੀ ਦੀ ਪੈਣੀ ਆ, ਪੈਸੇ ਮੇਰੇ ਕੋਲ ਫੇਰ ਬਚ ਜਾਣੇ ਆ। ਉਸ ਤੋਂ ਬਾਅਦ ਸਾਡੇ ਨਾਲ ਇੱਕ ਯਤੀਮ ਬੱਚੀ ਹੈ, ਉਹਦੀ ਮੈਂ ਸ਼ਾਦੀ ਕਰ ਦੇਣੀ ਆ, ਆ ਮਾਰ ਕੀ ਮੈਂ ਬੁੱਕ ਕਰਾ ਲੈਣੀ ਆ। 2500 ਰੁਪਈਆ ਪਰ ਹੈਡ ਆ, ਉਹਨਾਂ ਨੇ ਕਿਹਾ 2000 ਬਰਾਤੀ ਆਉਣਾ। ਮੈਂ ਕਿਹਾ ਭਾਵੇਂ 3000 ਆ ਜਾਵੇ, ਕਿਉਂਕਿ ਮੈਨੂੰ ਚੌਰੀ ਜ਼ਮੀਨ ਨੇ 50 ਰੁਪਈਏ ਦਿੱਤੇ। ਯਾਰ ਕਿਹੋ ਜਿਹਾ ਬੰਦਾ ਆਇਆ ਏ, ਚੱਲ ਨਿਕਲ ਇੱਥੋਂ, ਚੱਲ ਨਿਕਲ। ਮੈਂ ਚੱਲਾਂ ਵਾ, ਤੈਨੂੰ 50 ਦੇ ਕੇ ਵੀ ਅਸੀਂ ਪਛਤਾਉਣ ਡਏ। ਕੁੜੀ ਦੀ ਮਾਂ ਕਹਿੰਦੀ ਸੀ ਮੁੰਡੇ ਨੂੰ ਮੋਟਰਸਾਈਕਲ ਲੈ ਕੇ ਦੇਣਾ, ਹੁਣ ਮੈਂ ਲੈ ਦੇਣਾ ਦੇ ਵਿੱਚੋਂ 50 ਦੇ ਵਿੱਚੋਂ। ਤੂੰ ਜਾਣਾ ਕਰੀ ਆ, ਤੂੰ ਜਾਣਾ ਕਰੀ ਆ, ਜਾਣਾ ਕਰੀ ਤੂੰ। ਆ ਮੈਂ ਨਾਲੀਆਂ ਪੱਕੀਆਂ ਕਰਾ ਲੈਣੀਆਂ ਲਾ ਕੇ ਜਾ 50 ਦੇ ਨਾਲ। ਉਹ ਮੱਲੇ ਜਿਹੜੇ ਮਜ਼ਦੂਰ ਲੋਕ ਉਹਨਾਂ ਨੂੰ ਮੈਂ ਵੀਲ ਚੇਅਰਾਂ ਲੈ ਦੇਣੀਆਂ 50ਵਾਂ 'ਚ, ਪੈਸੇ ਬਚ ਜਾਣੇ। ਉਹ ਜਾ ਤਾਂ ਬਾਜਾ, ਤੂੰ ਇੱਥੇ ਬੈਠੇ ਆਪਾਂ ਪਤਾ ਨਹੀਂ ਕਾਹਦੇ 50 ਦੇਤੇ ਆ ਮੈਨੂੰ। ਤੈਨੂੰ ਮੈਂ ਕਹੀ ਜਾਣਾ ਜਾ, ਚੱਲ ਜਾ ਜਾ, ਨਿਕਲ ਜਾ ਇੱਥੋਂ, ਬਕਵਾਸ ਕਰਦਾ ਹੈ। ਉਹ ਜਿਹੜਾ ਲੜਕੀਆਂ ਦਾ ਸਕੂਲ ਹੈ ਨਾ, ਉਹਨੂੰ ਸਾਰਿਆਂ ਨੂੰ ਮੈਂ ਰੰਗ ਕਰਾਉਣਾ ਵਾ, ਬੜਾ ਖਸਤਾ ਹਾਲਤ ਹੋਈ ਆ। ਇਹਨੂੰ ਫੜ ਦਰਾ, ਇਹਨੂੰ ਫੜ ਦਰਾ, ਇਹਨੂੰ ਫੜ ਕੇ ਲਿਆ ਦਰਾ, ਫੜ ਕੇ ਲਿਆ ਇਹਨੂੰ ਦਰਾ। ਐਤਕੀ ਤੇ ਮੈਂ ਸਾਰਿਆਂ ਨੂੰ ਸੂਟ ਦੇਣੇ 2-2 ਲੱਖ ਜਾਂ 50 ਰੁਪਈਆਂ 'ਚੋਂ, ਇਹ 'ਚੋਂ ਮੈਂ ਖਰਚਣੇ ਆ 50। ਦੇਖੀ ਐਤਕੀ ਮੈਂ ਕੁਰਬਾਨੀ ਵੀ ਆ 50 'ਚੋਂ ਕਰ ਦੇਣੀ ਹੈ। ਉਹ ਇਹਨੂੰ ਫੜ ਕੇ ਲਿਆ ਦਰਾ, ਇਹਨੂੰ ਫੜ ਦਰਾ, ਫੜ ਦਰਾ ਇਹਨੂੰ।